ਗੁਰੂ ਵਾਹਿਗੁਰੂ 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 ਵਾਹਿਗੁਰੂ
Vaheguru, 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 Dandavat Vandan Ankbar Sarb Kala Samarath ਸਰਬ ਕਲਾ ਸਮਰੱਥ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਡੋਲਣ ਤੇ ਰੱਖੋ ਪ੍ਰਭੂ ਨਾਨਕ
ਦੇ ਕਰ ਹੱਥ ਨਾਨਕ ਦੇ ਕਰ ਹੱਥ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿੱਖ ਉਦਰੇ ਨਾਨਕ ਹਰ ਗੁਣ ਗਾਉ ਤਿਸ ਕੈ ਸੰਗ ਸਿੱਖ ਉਦਰੇ ਨਾਨਕ ਹਰ ਗੁਣ ਗਾਉ ਅਗੰਮ ਅਗੋਚਰ ਸੱਚ ਸਾਹਿਬ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ ਨਾਨਕ ਬੋਲੇ ਬੁਲਾਇਆ ਤੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਨਾਮ ਜਪਾਵੋ ਆਪਣਾ ਨਾਮ ਜਪਾਵੋ ਆਪਣਾ ਦੇਹੋ ਆਪਣਾ ਨਾਮ ਦੇਹੋ ਆਪਣਾ ਨਾਮ ਦੇਹੋ ਆਪਣਾ ਨਾਮ ਹਾਂ ਆਇਆ ਦੂਰੋਂ ਚੱਲ ਕੇ ਹਾਂ ਆਇਆ ਦੂਰੋਂ ਚੱਲ ਕੇ ਹਾਂ ਆਪਣਾ ਨਾਮ ਜਪਾਵੋ ਆਪਣਾ ਨਾਮ ਜਪਾਵੋ ਆਪਣਾ ਨਾਮ ਜਪਾਵੋ ਆਪਣਾ ਨਾਮ ਜਪਾਵੋ ਸਤਿਗੁਰੂ ਜੀ ਸੁਖਮਨੀ ਸਾਹਿਬ ਦਾ ਪਾਠ ਕਰਦਾ ਸਾਂ ਤੇ ਜਿਹੜਾ ਲਾਸਟ ਪਦਾ ਆਇਆ ਸੁਖਮਨੀ ਸਾਹਿਬ ਦਾ ਉਹਦੇ ਵਿੱਚ ਤੁਸੀਂ ਨਾਮ ਦੀ ਮਹਿਮਾ ਇੰਨੀ ਦੱਸੀ ਮੈਨੂੰ ਤਾਂ ਭੁੱਖ ਲੱਗੀ ਨਾਮ ਇੱਕ ਇੰਨੀ ਪ੍ਰਭਾਵਸ਼ਾਲੀ ਗਾਥਾ ਹੈ ਪ੍ਰਭਾਵਸ਼ਾਲੀ ਕਰਮ ਹੈ ਜਪਣਾ ਜਿਸ ਮਨ ਵਸੈ ਸੁਣੇ ਲਾਏ ਪ੍ਰੀਤ ਇਹ ਨਾਮ ਹਾਂ ਤੇ ਜਿਹੜਾ ਇਸ ਨਾਮ ਨੂੰ ਸੁਣੇ ਲਾਏ ਪ੍ਰੀਤ ਇਸ ਤਰ੍ਹਾਂ ਜਿੱਦਣ ਸਿੱਖ ਸੁਖਮਨੀ ਸਾਹਿਬ ਪੜ੍ਹਨ ਲੱਗ ਪੈਣਗੇ ਫਿਰ ਇਹਨਾਂ ਨੂੰ ਕੋਈ ਚੀਜ਼ ਲੱਭਣ ਦੀ ਜ਼ਰੂਰਤ ਨਹੀਂ ਗੁਰਸਾਗਰ ਗੁਰੂ ਸਮੁੰਦਰ ਹੈ ਰਤਨੀ ਭਰਪੂਰੇ ਪਤਾ ਲੱਗਾ ਰਤਨਾਂ ਨਾਲ ਭਰਿਆ ਮਗਰ ਰਤਨ ਚੁਗਦਾ ਨਹੀਂ ਰਤਨ ਜਵੇਹਰ ਜਾਂ ਕਾ ਕਸ਼ੂ ਨਾ ਮੋਲ ਪਰੇ ਭੰਡਾਰ ਅਖੁੱਟ ਅਤੋਲ ਫਿਰ ਭੁੱਖਾ ਹੈ ਇਸ ਤਰ੍ਹਾਂ ਨਹੀਂ ਪੜ੍ਹਦਾ ਸ੍ਰੀ ਸੁਖਮਨੀ ਸਾਹਿਬ ਨੂੰ ਪੜ੍ਹਾਉਣ ਵਾਲਿਆਂ ਦਾ ਵੀ ਕਸੂਰ ਨਹੀਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹਨੇ ਚ ਸੈਟਿਸਫਾਈਡ ਨੇ ਵੀ ਮੈਂ ਇੱਕ ਹੀ ਪਾਠ ਕਰ ਲਿਆ ਪੈਰ ਹੀ ਭਾਰੇ ਕਰਨੇ ਸੀ ਮਤਲਬ
ਪੈਰ ਹੀ ਭਾਰੇ ਕਰਨੇ ਸੀ ਵੀ ਮੈਂ ਕੀਤਾ ਹੈ, ਤੇ ਇਹਨੇ ਚ ਅਗਲਾ ਰੱਜ ਰਿਹਾ। ਅਗਲਾ ਕਹਿ ਰਿਹਾ ਜਿਹਨੇ ਹਾਲ ਹੋ ਗਏ ਬਾਬਾ ਜੀ ਜਿਦਨ ਦੇ ਇੱਕੀ ਪਾਠ ਕਰਦੇ ਹੁੰਦੇ ਆਰ ਬੁਖਾਰ ਭਰ ਗਏ। ਉਹਨੇ ਕਾਹਨੂੰ ਦੱਸਣੀ ਸੀ ਇਹ ਗੱਲ ਵੀ ਤੂੰ ਇੱਕੀ ਨਾ ਕਰ, ਇੱਕ ਪਦਾ ਵਿਚਾਰ ਰੋਜ਼ ਦਾ, ਇਹਦੇ ਵਿੱਚੋਂ ਤੈਨੂੰ ਰਤਨ ਲੱਭਣ, ਮਤ ਵਿੱਚ ਰਤਨ ਜਵਾਹਰ ਮਾਣਕ, ਇੱਕ 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 ਲੱਭ। ਪਹਿਲੀ ਤੁਕ ਨੇ ਤੁਹਾਨੂੰ ਭਰਨਾ ਹੈ, ਜੇ ਤੁਸੀਂ ਇਹ ਗੱਲ ਸਮਝ ਲਓ ਵੀ ਜਿਸ ਮਨ ਵੱਸੈ ਇਹ ਨਾਮ, ਜਿਹਦੇ ਮਨ ਚ ਵੱਸ ਜਾਏ ਉਹਦੀ ਇਹ ਨਿਸ਼ਾਨੀ ਹੋ ਗਈ। ਫਿਰ ਜਿਹਦੇ ਮਨ ਚ ਵੱਸੀ ਹੈ ਨਾ ਚੀਜ਼, ਜਿਹੜੀ ਚੀਜ਼ ਮੇਰੇ ਕੋਲ ਆ ਉਹਦੀ ਕੋਈ ਗੱਲ ਹੋਊ ਤੇ ਮੈਂ ਉਸ ਵੇਲੇ ਧਿਆਨ ਕਰੂੰਗਾ ਵੀ ਇਹ ਚੀਜ਼ ਕਿਆ ਬਾਤ ਆ, ਮੈਨੂੰ ਆਨੰਦ ਆਇਆ। ਤੇ ਜਿੱਥੇ ਕਿਤੇ ਇਹਦੀ ਗੱਲ ਵੀ ਹੁੰਦੀ ਹੈ ਚਲੋ ਸੁਣੀਏ, ਉਹਨੂੰ ਉਹ ਫਿਰ ਸੁਣੇ ਲਾਏ ਪ੍ਰੀਤ। ਜਿਹਦੇ ਮਨ ਚ ਹੀ ਨਹੀਂ ਵੱਸਿਆ ਉਹਦੇ ਕੋਲ ਜਿੰਨਾ ਮਰਜ਼ੀ ਵਾਹਿਗੁਰੂ 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 ਕਹੋ, ਉਹਦੀ ਪ੍ਰੀਤੀ ਨਹੀਂ ਬਣ ਸਕਦੀ, ਪ੍ਰੀਤੀ ਉਹਦੇ ਨਾਲ ਬਣੂ। ਜਿਹਦੇ ਮਨ ਚ ਵੱਸਿਆ, ਜਿਸ ਮਨ ਵੱਸਿਆ ਚੰਗੀ ਤਰ੍ਹਾਂ ਪੀਓ, ਜਿਸ ਮਨ ਤੇ ਸੁਣੇ ਲਾਏ ਪ੍ਰੀਤ, ਤਿਸ ਜਾਣੇ ਆਵੇ ਹਰ ਪ੍ਰਭ ਜੀਤ। ਉਸ ਸੇਵਕ ਨੂੰ ਹੀ ਫਿਰ ਵਾਹਿਗੁਰੂ ਪਰਮੇਸ਼ੁਰ ਚੇਤੇ ਆਉਣਾ ਹੈ, ਜਿਹਦੇ ਮਨ ਚ ਵੱਸਿਆ ਹੈ, ਜਿਹਨੂੰ ਪਤਾ ਲੱਗ ਗਿਆ ਵੀ ਜਿਦਨ ਦਾ ਕੋਲ ਆਇਆ ਇਹਦੇ ਚ ਤੇ ਸੁੱਖ ਬੜੇ। ਜਿਹੜੇ ਬੰਦੇ ਨੂੰ ਪਤਾ ਲੱਗ ਗਿਆ ਵੀ ਪੈਸਾ ਜਿਦਨ ਦਾ ਆਇਆ ਮੇਰੇ ਕੰਮ ਬੜੇ ਸਵਾਰਦਾ ਹੈ, ਦੁਨਿਆਵੀ ਤੌਰ ਤੇ ਲੈ ਲਓ, ਜਿੰਨਾ ਚਿਰ ਮੇਰੇ ਕੋਲ ਸੀ ਨਹੀਂ, ਮੇਰੇ ਕੋਲ ਗੱਡੀ ਨਹੀਂ ਸੀ, ਹੁਣ ਪੈਸੇ ਆਏ ਗੱਡੀ ਮਿਲ ਗਈ, ਮੇਰੇ ਕੋਲ ਗਰੋਸਰੀ ਕਰਨ ਨੂੰ ਪੈਸੇ ਨਹੀਂ ਸੀ ਹੈਗੇ, ਹੁਣ ਮੇਰੇ ਕੋਲ ਪੈਸੇ ਹੈਗੇ, ਮੈਂ ਤਰ੍ਹਾਂ ਤਰ੍ਹਾਂ ਦਾ ਫਰੂਟ ਲਿਆ ਕੇ ਗਰੋਸਰੀ ਲਿਆ ਕੇ ਛੱਕ ਸਕਦਾ। ਪੈਸੇ ਦੀ ਅਹਿਮੀਅਤ ਦਾ ਪਤਾ ਲੱਗਾ ਜਿੱਦਣ ਕੋਈ ਜੀਵ ਆਤਮਾ ਰੱਬ ਦੇ ਨਾਮ ਵੱਲ ਤੁਰਦੀ, ਇਹਨੂੰ ਨਾਮ ਦੀ ਅਹਿਮੀਅਤ ਦਾ ਪਤਾ ਲੱਗਦਾ। ਦੋ ਪੱਖ ਨੇ, ਪੈਸੇ ਵਾਲਾ ਨਾਮ ਦੀ ਗੱਲ ਕਰੂਗਾ ਤੇ ਫਿੱਕਾ ਪੈ ਜੂ, ਇਹ ਗੱਲ ਨੋਟ ਕਰਿਓ। ਜਿਹੜਾ ਬੰਦਾ ਪੈਸੇ ਵਾਲਾ ਹੈ ਧਨੀ ਆ, ਉਹ ਨਾਮ ਦੀ ਗੱਲ ਸੁਣਾਉਣ ਲੱਗੂਗਾ, ਤੇ ਨਾਮ ਜਪਣ ਵਾਲਾ ਪੈਸੇ ਦੀ ਗੱਲ ਕਰੂਗਾ ਤੇ ਫਿੱਕਾ ਪੈ ਜੂ। ਦੋਵਾਂ ਦੇ ਦੋ ਵੱਖਰੇ ਵੱਖਰੇ ਪਿੜ ਨੇ, ਦੋਵਾਂ ਦਾ ਦੋਵਾਂ ਵੱਖਰਾਂ ਦਾ ਆਪੋ ਆਪਣਾ ਖੇਤਰ ਆ। ਨਾਮ ਵਾਲਾ ਨਾਮ ਦੀ ਗੱਲ ਕਰੇ ਜਿਹੜਾ ਨਾਮ ਜਪਦਾ ਹੈ, ਉੱਥੇ ਸਤਿਗੁਰੂ ਜੀ ਨੇ ਲਿਖਿਆ ਨਾਮ ਕੀ ਮਹਿਮਾ ਸੰਤ ਰਿਦ ਵਸੇ, ਨਹੀਂ ਪਤਾ ਲੱਗਾ ਨਾਮ ਕੀ ਮਹਿਮਾ, ਨਾਮ ਦੀ ਮਹਿਮਾ ਸੰਤ ਰਿਦ ਵਸੇ, ਸੰਤ ਦੀ ਸੁਰਤ ਵਿੱਚ ਪਤਾ ਹੈ ਵੀ ਨਾਮ ਕੀ ਚੀਜ਼ ਹੈ। ਹਾਂ, ਜੇ ਨਾਮ ਜਪਣ ਵਾਲਾ ਸੰਤ ਕਿਸੇ ਕਰੋੜਾਪਤੀ ਦੀ ਕਹਾਣੀ ਸੁਣਾਉਣ ਲੱਗ ਪਏ ਤੇ ਫਿੱਕਾ ਪੈ ਜੂ। ਕੋਈ ਕਰੋੜਾਪਤੀ ਬੰਦਾ ਨਾਮ ਦੀ ਵਿਆਖਿਆ ਕਰਨ ਲੱਗ ਜੂ, ਫਿੱਕਾ ਪੈ ਜੂ। ਇਹ ਦੋਵਾਂ ਦੇ ਆਪਣੇ ਆਪਣੇ ਖੇਤਰ ਆ। ਸਾਹਿਬ ਕਹਿੰਦੇ ਜਿਹਦੇ ਮਨ ਚ ਵੱਸਿਆ, ਜਿਸ ਮਨ ਵੱਸੈ ਸੁਣੇ ਲਾਏ ਪ੍ਰੀਤ, ਤਿਸ ਜਾਣੇ ਆਵੇ ਚੀਤ। ਮਹਾਰਾਜ ਮੈਂ ਸੁਣਿਆ ਵੀ ਨਾਮ ਚ ਇੰਨੀ ਬਰਕਤ ਆ ਵੀ ਜਿਹਦੇ ਹਿਰਦੇ ਵਿੱਚ ਇਹ ਵੱਸਿਆ ਹੈ, ਜਨਮ ਮਰਨ ਤਾਂ ਕਾ ਦੁੱਖ ਨਿਵਾਰੇ, ਇਹਦੇ ਤੋਂ ਵੱਧ ਕੀ ਨਾਮ ਚ ਇੰਨੀ ਪਾਵਰ ਆ ਵੀ ਜਿਹਦੇ ਹਿਰਦੇ ਚ ਵੱਸਿਆ ਹੈ। ਕੋਈ ਦੁਨੀਆਂ ਦੀ ਪ੍ਰੋਪਰਟੀ ਦੇ ਕੇ ਤੁਸੀਂ ਇਹ ਨਹੀਂ ਕਹਿ ਸਕਦੇ ਗੁਰੂ ਸਾਹਿਬ ਮੈਂ ਸਾਰੀ ਪ੍ਰੋਪਰਟੀ ਤੁਹਾਡੇ ਨਾਲ ਲਾਤੀ, ਮੇਰਾ ਜੰਮਣ ਮਰਨ ਦਾ ਬੰਧਨ ਕੱਟ ਦਿਓ। ਗੁਰੂ ਸਾਹਿਬ ਕਹਿਣਗੇ ਨਹੀਂ, ਤੇਰੀ ਪ੍ਰੋਪਰਟੀ ਛੱਡ ਕੇ ਇੱਥੇ ਕਰੋੜਾਂ ਅਰਬਾਂ ਖਰਬਾਂ ਨੀਲਾਂ ਲੋਕੀ ਬੈਠੇ,
ਕੋਈ ਸਾਰੀ ਸ੍ਰਿਸ਼ਟੀ ਦਾ ਵੀ ਪਾਤਸ਼ਾਹ ਬਣ ਜਾਏ, ਜੇ ਜੁਗ ਚਾਰੇ ਆਰ ਜਾ ਹੋਰ ਦਸੋਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਏ। ਇੱਥੇ ਇਹ ਵੀ ਗੱਲ ਦਾ ਧਿਆਨ ਰੱਖਣਾ ਵੀ ਮੈਨੂੰ ਚਾਰ ਬੰਦੇ ਜਾਣਦੇ ਆ, ਤੇ ਇਸ ਗੱਲ ਦਾ ਚੇਤੇ ਰੱਖਣਾ ਵੀ ਮੇਰਾ ਗੁਰੂ ਨਾਨਕ ਸਾਹਿਬ ਕਹਿੰਦੇ ਵੀ ਤੇਰੀ ਉਮਰ ਚਾਰ ਯੁੱਗ ਹੋ ਜਾਏ। ਇਹ ਚੰਗੀ ਤਰ੍ਹਾਂ ਸੁਣਨਾ, ਜਪਜੀਤ ਸਾਹਿਬ ਪੜ੍ਹਨ ਦਾ ਫਿਰ ਆਨੰਦ ਆਊਗਾ ਜਦੋਂ ਤੁਸੀਂ ਇਹਨੂੰ, ਜੇ ਮੇਰੀ ਉਮਰ ਚਾਰ ਯੁੱਗ ਹੋ ਜਾਏ, ਤੇ ਚਾਰ ਯੁੱਗਾਂ ਨੂੰ 10 ਨਾਲ ਫਿਰ ਜਰਬ ਕਰ ਲਈਏ, 40 ਯੁੱਗ ਹੋ ਜਾਏ, ਇੰਨੀ ਮੇਰੀ ਮੇਰੀ ਆਰਜੂ ਹੈ, ਜੇ ਯੁੱਗ ਤੇ ਹੋਰ ਦਸੂਣੀ ਦਸੂਣੀ 10 ਗੁਣਾ ਹੋਰ ਜੋੜ ਦਈਏ, 40 ਯੁੱਗ ਮੈਂ ਜਿਉਂਦਾ ਰਹਾਂ ਤੇ ਹੋਰ ਦਸੂਣੀ ਹੋਏ। ਇਹ ਨਹੀਂ ਵੀ ਮੈਨੂੰ ਕੋਈ ਇਕੱਲਾ ਸਰੀ 'ਚ ਜਾਣਦਾ ਹੋਵੇ, ਜੇ ਕੋਈ ਕਿਸੇ ਨੂੰ ਕੈਨੇਡਾ 'ਚ ਜਾਣਦਾ ਹੈ, 2, 4, 5, 10 ਬੰਦੇ ਕੈਨੇਡਾ ਜਾਣਦੇ ਹੁਣ ਤਾਂ ਬੰਦਾ ਕਹਿੰਦਾ ਵਾਹ ਵਾਹ ਲੋਕੀ ਮੈਨੂੰ ਜਾਣਦੇ ਆ, ਤੇ ਇਹ ਭਰਮ ਹਰ ਬੰਦਾ ਪਾਲਦਾ ਹੈ। ਉਹ ਕਹਿੰਦੇ ਨਹੀਂ, ਚੌਵਾਂ ਯੁੱਗਾਂ ਵਿੱਚ ਜਾਣੀ, ਨਵਾਂ ਖੰਡਾਂ ਵਿੱਚ ਜਾਣੀ, 9 ਖੰਡ ਪ੍ਰਿਥਵੀ ਆ, ਸਾਰੇ 'ਚ ਇਹਨੂੰ ਜਾਣਨ ਲੱਗ ਪੈਣਗੇ। ਬੱਲੇ ਬੱਲੇ ਬੱਲੇ, ਕਵਲ ਨਾਮ ਦਾ ਇੱਕ ਸਿੰਘ ਹੈਗਾ ਜੀ, ਉਹ ਐਡਾ ਚੰਗਾ, ਐਡਾ ਭਾਵੇਂ ਚੰਗੇ ਕਰਕੇ ਜਾਣਨ ਭਾਵੇਂ ਮਾੜੇ ਕਰਕੇ ਜਾਣਨ, ਜਾਣਨ ਲੱਗ ਪੈਣ, ਤੇ ਚੰਗੇ ਕਰਕੇ ਜਿੱਦਣ ਜਾਣ ਲੈਣ, ਆਖਣ ਕਵਲ ਤੇਰੇ ਨਾਲ ਹੀ ਤੁਰਨਾ, ਸੈਰ ਕਰਨ ਵੀ ਤੇਰੇ ਨਾਲ ਜਾਣਾ ਹੈ, ਪ੍ਰਸ਼ਾਦਾ ਵੀ ਤੇਰੇ ਨਾਲ ਛਕਣਾ ਹੈ, ਜਿੱਥੇ ਤੁਸੀਂ ਜਾਓਗੇ ਭਾਅ ਜੀ ਮੈਨੂੰ ਸਕੂਨ ਮਿਲਦਾ, ਮੈਂ ਤੁਹਾਡੇ ਨਾਲ ਚੱਲਣਾ, ਇੱਕ ਨਹੀਂ ਦੋ ਨਹੀਂ ਨਾਲ ਚੱਲੇ। ਹਾਂ, ਹਰ ਬੀਬੀ, ਹਰ ਭੈਣ, ਹਰ ਭਰਾ, ਹਰ ਅਮੀਰ, ਹਰ ਗਰੀਬ, ਹਮ ਸਾਰੀ ਦੁਨੀਆ ਆਖੇ ਵੀ ਨਾ ਵੀ ਸਾਨੂੰ ਸਕੂਨ ਮਿਲਦਾ ਇਹਦੇ ਨਾਲ ਤੁਰਨ, ਮੇਰਾ ਸਾਹਿਬ ਸੁਚੇਤ ਕਰ ਰਿਹਾ ਨਾਲ ਚੱਲੇ। ਤੇ ਉੱਥੇ ਆਪਾਂ ਪੜ੍ਹਦੇ ਹਾਂ ਵੀ ਚੰਗਾ ਨਾ ਲਿਖਾਏ ਕੇ, ਵੈਸੇ ਪਾਠ ਭਾਰ ਪਾ ਕੇ ਕਰਨਾ ਚੰਗਾ, ਅਗਨੀ ਦਿਨ ਉਹਦਾ ਚੰਗਾ ਨਾਮ ਹੈ ਅੰਮ੍ਰਿਤਸਰ, ਚੱਲ ਥੋੜਾ ਜਿਹਾ ਭਾਰ ਪਾ ਕੇ ਚੰਗਾ ਨਾ ਲਿਖਾਏ ਕੇ, ਤੇ ਜਸ ਕੀਰਤ ਜਸ ਲੈ ਲੈ, ਕੀਰਤੀ ਹੋ ਜੇ ਜਗਤ ਵਿੱਚ ਸਾਰੀ ਦੁਨੀਆਂ, ਬੱਲੇ 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 ਬੋਲੇ, ਗੁਰੂ ਤੇਜ ਸਿੰਘ ਵਰਗਾ ਤੇ ਬੰਦਾ ਹੀ ਕੋਈ ਨਹੀਂ, ਇਸ ਤਰ੍ਹਾਂ ਕਰਨ ਲੱਗ ਪੈਣ ਲੋਕੀ ਦੇ ਨਾਲ ਵੀ ਤੁਰ ਪਣ ਬੱਲੇ ਬੱਲੇ। ਇੱਥੇ 4 ਕੁ ਬੰਦੇ ਜਿਹਦੇ ਨਾਲ ਇਕੱਠੇ ਹੋ ਜਾਂਦੇ ਉਹਦਾ ਦਿਮਾਗ ਖਰਾਬ ਹੋ ਜਾਂਦਾ, ਇੱਥੇ ਸੰਤ ਮਹਾਤਮਾ ਜਿਹੜੇ ਆਪਣੇ ਆਪ ਨੂੰ ਖਵਾਉਂਦੇ ਆ ਨਾ, ਉਹਨਾਂ ਕੋਲ ਜਦੋਂ ਸਮਾਗਮ ਦੇ ਉੱਤੇ 10-20-50 ਹਜ਼ਾਰ ਬੰਦਾ ਇਕੱਠਾ ਹੋ ਜਾਂਦਾ, ਤੇ ਉਹ ਰੱਬ ਨੂੰ ਟੀਚਿਆਂ ਕਰਦੇ, ਨਹੀਂ ਪਤਾ ਲੱਗਾ ਬਾਣੀ ਦੀ ਜਗ੍ਹਾ ਤੇ ਬੋਲੀਆਂ ਪਾ ਪਾ ਕੇ ਲੋਕਾਂ ਨੂੰ ਸੁਣਾਉਂਦੇ, ਉਹਨਾਂ ਨੂੰ ਰੱਬ ਹੀ ਇਹਦਾ ਸਹਿਨ ਕੀ ਆ, ਇੱਕ ਬਾਣੀ ਪੜ੍ਹਨ ਵਾਲਾ ਸੰਤ ਬੋਲੀਆਂ ਪਾਵੇ ਸਹਿਨ ਕੀ, ਰੱਬ ਨੂੰ ਭੁੱਲ ਗਏ, ਰੱਬ ਨੂੰ ਭੁੱਲ ਗਏ, ਗਿੱਧਾ ਪਾਵੇ ਨੱਚੇ ਤੇ ਬਾਣੀ ਦੀ ਗੱਲ ਹੀ ਨਾ ਕਰੇ, ਇਹ ਤੋਂ ਪਤਾ ਲੱਗਾ ਰੱਬ ਨੂੰ ਭੁੱਲ ਗਿਆ, ਉਹਨੂੰ ਇਹ ਭੁਲੇਖਾ ਹੋ ਗਿਆ ਮੇਰੇ ਨਾਲ 20 ਹਜ਼ਾਰ ਬੰਦਾ ਤੁਰ ਪਿਆ, ਮੇਰੇ ਨਾਲ 50 ਹਜ਼ਾਰ ਬੰਦਾ ਤੁਰ ਪਿਆ, ਮੇਰੇ ਨਾਲ 1 ਲੱਖ ਬੰਦਾ ਤੁਰ ਪਿਆ, ਉਹਨੂੰ ਇਹ ਭੁਲੇਖਾ ਹੋ ਜਾਏ। ਸਾਹਿਬ ਕਹਿੰਦੇ ਜਸ ਕੀਰਤ ਜੱਗ ਲੈ, ਸਾਰੇ ਜਗਤ ਕੋਲੋਂ ਕੀਰਤੀ ਕਰਾ ਲੈ, ਚੰਗਾ ਨਾ ਰਖਾਏ ਕਹਿ ਜਸ ਕੀਰਤ ਜੱਗ ਲੈ, ਮਗਰ ਅੱਗੇ ਬਹੁਤ ਗਹਿਰੇ ਸ਼ਬਦ ਲਿਖੇ, ਜੇ ਤੇਰੀ ਇਹ 10 ਹਜ਼ਾਰ ਦੀ 50 ਹਜ਼ਾਰ ਦੀ ਗੈਦਰੰਗ ਉਹਦੀ ਨਜ਼ਰ ਵਿੱਚ ਪ੍ਰਵਾਨ ਨਹੀਂ ਨਾ ਹੋਈ, ਜੇ ਤਿਸ ਨਜ਼ਰ ਨਾ ਆਵਈ, ਉਹਦੀ ਨਜ਼ਰ ਵਿੱਚ ਤੂੰ ਨਾ ਆਇਓ, ਪ੍ਰਵਾਨ ਨਾ ਹੋਇਓ, ਤਾਂ ਬਾਤ ਨਾ ਪੁੱਛੇ, ਕੋਈ ਗੱਲ ਵੀ ਨਹੀਂ ਪੁੱਛਦਾ, ਕਵਾਉਂਦਾ ਵੀ ਨਹੀਂ, ਇਹੋ ਜਿਹਾ ਨੂੰ ਸੱਚੀ ਮੁੱਚੀ ਨਹੀਂ ਕਵਾਉਣਾ। ਮਗਰ ਚਲੋ, ਮੇਰਾ ਵਿਸ਼ਾ ਅੱਜ ਇਹਦਾ ਹੈ ਵੀ ਜਿਹਦੇ ਮਨ 'ਚ ਇਹ ਪਰਮੇਸ਼ਵਰ ਦਾ ਨਾਮ ਮਿਲਿਆ ਵਸਿਆ, ਜਨਮ ਮਰਨ ਤਾਕਾ ਦੁੱਖ ਨਿਵਾਰੇ, ਇਹ ਨਾਮ 'ਚ ਬਰਕਤ ਆ। ਤੁਸੀਂ ਪ੍ਰੋਪਰਟੀਆਂ ਦੇ ਕੇ, ਪੈਸਾ ਦੇ ਕੇ ਇਹ ਨਹੀਂ ਕਹਿ ਸਕਦੇ ਗੁਰੂ ਸਾਹਿਬ ਜੀ ਤੁਹਾਡਾ ਘਰ ਗੁਰਦੁਆਰਾ ਸਾਹਿਬ
ਮੈਂ ਸੋਨੇ ਦਾ ਬਣਾ ਦੇਣਾ। ਕਲਯੁਗ ਨੇ ਕਿਹਾ ਗੁਰੂ ਨਾਨਕ ਸਾਹਿਬ ਨੂੰ, ਸੰਗਲਾ ਦੀਪ ਇੱਕ ਇਲਾਕੇ ਦਾ ਨਾਮ ਆਇਆ ਇਤਿਹਾਸ ਵਿੱਚ, ਸੰਗਲਾ ਦੀਪ ਕਹਿੰਦੇ ਲੰਕਾ ਨੂੰ ਕਹਿੰਦੇ, ਲੋਕ ਦੱਸਦੇ ਵੀ ਉਦੋਂ ਉਹਦਾ ਨਾਮ ਸੰਗਲਾ ਦੀਪ ਸੀ, ਲੰਕਾ ਤਮਿਲਨਾਡ ਇਹ ਏਰੀਆ ਜਿਹੜਾ। ਇੱਥੇ ਕਲਯੁਗ ਮਿਲਿਆ ਗੁਰੂ ਨਾਨਕ ਸਾਹਿਬ ਨੂੰ ਅਤੇ ਬੰਦੇ ਦਾ ਰੂਪ ਧਾਰ ਕੇ ਕਹਿੰਦਾ ਮੈਂ ਬਾਦਸ਼ਾਹ ਹਾਂ। ਮਹਾਰਾਜ ਪਾਤਸ਼ਾਹ ਕਹਿੰਦੇ ਧੰਨ ਪਾ ਗਿਆ ਬਾਦਸ਼ਾਹ ਜੀ, ਤੈਨੂੰ ਕੁਦਰਤ ਨੇ ਦਿੱਤੀ ਹੈ, ਰੱਬ ਨੇ ਦਿੱਤੀ ਹੈ, ਧੰਨ ਪਾ ਗਿਆ, ਬੈਠੋ। ਕਹਿੰਦਾ ਮਹਾਰਾਜ ਤੁਹਾਡੇ ਏਡੇ ਏਡੇ ਅਮੋਲਕ ਭਜਨ ਜਿਹੜਾ ਸੁਣਦਾ ਹੈ ਮੇਰੇ ਰਾਜ ਵਿੱਚ ਵੀ, ਕਲਯੁਗ ਕਹਿੰਦਾ ਐ ਸਮਾਧੀ ਵੱਸ ਹੋ ਜਾਂਦਾ ਹੈ ਤੇ ਮੇਰੀ ਅੱਗ ਉਹਦੇ ਤੱਕ ਪਹੁੰਚਦੀ ਨਹੀਂ, ਤੁਸੀਂ ਤੇ ਬੜੇ ਪਾਵਰਫੁੱਲ ਹੋ ਤੇ ਤੁਰੇ ਤੁਸੀਂ ਨੰਗੇ ਪੈਰੀ ਫਿਰਦੇ ਹੋ, ਨਾ ਤੁਹਾਡੇ ਕੋਲ ਕੋਈ ਘਰ, ਨਾ ਤੁਹਾਡੇ ਕੋਲ ਕੋਈ ਗੱਡੀ, ਨਾ ਤੁਹਾਡੇ ਕੋਲ ਕੋਈ ਚੰਗਾ ਖਾਣ ਨੂੰ, ਤੇ ਕਿਉਂ ਨਾ ਆਪਾਂ ਰਲ ਜਾਈਏ। ਕਲਯੁਗ ਕਹਿੰਦਾ ਵੀ ਕਿਉਂ ਨਾ ਆਪਾਂ ਇਕੱਠੇ ਹੋ ਜਾਈਏ। ਸਾਹਿਬ ਕਹਿੰਦੇ ਹਾਂ ਬਿਲਕੁਲ ਹੋ ਜਾਣਾ ਚਾਹੀਦਾ। ਕਹਿੰਦੇ ਜਿੱਦਣ ਤੁਸੀਂ ਮੇਰੇ ਨਾਲ ਰਲੋਗੇ ਨਾ ਮਹਾਰਾਜ, ਜਿਸ ਧਰਤੀ ਤੇ ਤੁਸੀਂ ਰਹੋਗੇ ਮੈਂ ਉਸ ਧਰਤੀ ਨੂੰ ਹੀਰਿਆਂ ਤੇ ਜਵਾਹਰਾਤਾਂ ਨਾਲ ਮੜ ਕੇ ਉੱਥੇ ਰੱਖੋ, ਤੁਹਾਡੇ ਵਰਗੇ ਕੀਮਤੀ ਇਨਸਾਨ ਤਾਂ ਲੱਭਦੇ ਨਹੀਂ। ਕਲਯੁਗ ਕਹਿ ਰਿਹਾ, ਕਲਯੁਗ ਤੇ ਤੁਹਾਡੇ ਜਿਹੜੇ ਚੰਡ ਨੂੰ ਰੱਥ ਹੋਣਗੇ ਉਹਨਾਂ ਤੇ ਵੀ ਹੀਰੇ ਰਤਨ ਜਵਾਹਰ ਮੜੇ ਹੋਣਗੇ ਤੇ ਮਹਾਰਾਜ ਤੁਹਾਡੇ ਸਿਰ ਤੇ ਚੌਰ ਚਾਰ ਚੁਫੇਰੇ ਐ ਬਹਾਰਾਂ ਹੋਣਗੀਆਂ। ਸਾਹਿਬ ਜੀ ਨੇ ਕਿਹਾ ਨਹੀਂ, ਨਾ ਤਾਂ ਮੈਨੂੰ ਉਹ ਮੰਦਰ ਚਾਹੀਦੇ ਜਿਹਨੂੰ ਮੋਤੀ ਲੱਗੇ ਹੋਣ, ਮੈਨੂੰ ਤੇ ਇਹ ਮੰਦਰ ਚਾਹੀਦੇ ਜਿਨ੍ਹਾਂ ਦੇ ਅੰਦਰ ਗੁਰੂ ਸ਼ਬਦ ਦੇ ਭੰਡਾਰੇ ਭਰੇ ਹੋਣ, ਤੇ ਤੂੰ ਵੀ ਤਿਆਰ ਹੋ ਜਾ ਜੇ ਮੇਰੇ ਨਾਲ ਰਲਣਾ ਹੀ। ਤੇ ਕਹਿਣ ਲੱਗਾ ਮੈਂ ਨਾਮ ਜਪਣ ਨਹੀਂ ਦੇਣਾ ਕਿਸੇ ਨੂੰ, ਇਹ ਗੱਲਾਂ ਹੋਈਆਂ ਕਲਯੁਗ ਦੇ ਨਾਲ, ਮੈਂ ਕਿਸੇ ਨੂੰ ਕਲਯੁਗ ਆਪਣੇ ਪੀਰੀਅਡ ਵਿੱਚ ਰਾਜ ਮੇਰਾ ਹੈ, ਉੱਥੇ ਕੀ ਹੋ ਰਿਹਾ, ਜਿਹਦਾ ਰਾਜ ਆ ਉਹ ਆਪਣਾ ਰੰਗ ਵਿਖਾਉਂਦਾ ਹੈ। ਅਗਲਾ ਬੜੇ ਲੋਕੀ ਵੀਡੀਓ ਭੇਜ ਰਿਹਾ ਜੀ, ਉਹਨੇ ਕਹਿਤਾ ਉਹਨੇ ਰਮਾਇਣ ਲਿਖੀ ਹੈ ਗੁਰੂ ਗੋਬਿੰਦ ਸਿੰਘ ਸਾਹਿਬ, ਤੇਰੇ ਕਹਿਣ ਨਾਲ ਰਮਾਇਣ ਹੋਜੂ। ਝੱਖ ਮਾਰਨ ਨਾਲ ਕੋਈ ਰਮਾਇਣ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਰਾਮ ਦੇ ਉਪਾਸ਼ਕ ਹੋ ਜਾਣਗੇ ਤੇਰੇ ਕਹਿਣ ਨਾਲ। ਜਿਹੜਾ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੋ ਜਹਾਨ ਦੇ ਮਾਲਕ ਦੇ ਵਿੱਚ ਇੰਨਾ ਕੁਝ ਲਿਖਿਆ ਹੈ ਵੀ ਰੋਵੈ ਰਾਮ, ਉਹਦਾ ਕੀ ਜਵਾਬ ਦਿਓਗੇ? ਜਿੱਥੇ ਮੇਰਾ ਗੁਰੂ ਨਾਨਕ ਬੇਵਾਕ ਬੋਲ ਬੋਲ ਰਿਹਾ ਹੈ ਕਿ ਦੁਨੀਆਂ ਦੇ ਲੋਕੋ ਇੱਕ ਦਿਨ ਐਸਾ ਆਇਆ ਰਾਮ ਜੰਗਲਾਂ ਵਿੱਚ ਰੋਂਦਾ ਫਿਰਦਾ ਹੈ। ਜਿਸ ਰਾਮ ਨੂੰ ਤੁਸੀਂ ਸਿਰ ਤੇ ਚੁੱਕਿਆ ਨਾ, ਉਸ ਰਾਮ ਦੀ ਕਹਾਣੀ, ਅਸੀਂ ਤਾਂ ਉਸ ਰਾਮ ਨੂੰ ਮੰਨਦੇ ਹਾਂ ਜਿਹੜਾ ਘੱਟ ਘੱਟ ਵਿੱਚ ਸਭ ਹੈ, ਘੱਟ ਰਾਮ ਬੋਲੇ ਰਾਮਾ ਬੋਲੇ, ਰਾਮ ਬਿਨਾਂ ਕੋ ਬੋਲੇ ਰਹੇ, ਅਸੀਂ ਤਾਂ ਉਹਦੇ ਉਪਾਸ਼ਕ ਹਾਂ ਤੇ ਸਾਡਾ ਸਤਿਗੁਰੂ ਵੀ ਉਸ ਰਾਮ ਦਾ ਉਪਾਸ਼ਕ ਸੀ। ਇੱਕ ਰਾਮ ਜਿਹੜਾ ਪੈਦਾ ਹੋਇਆ ਮਰ ਗਿਆ, ਰੋਵੇ ਰਾਮ ਨਿਕਾਲਾ ਪਿਆ ਤੇ ਪੁੱਛਿਆ ਜੀ ਕਿਉਂ ਰੋਂਦੇ ਫਿਰਦੇ ਹੋ ਜੰਗਲ ਵਿੱਚ? ਬੜੇ ਸਪੱਸ਼ਟ ਸ਼ਬਦ ਨੇ, ਤੁਸੀਂ ਪੜ੍ਹਦੇ ਨੀ, ਸੀਤਾ ਲਖਮਣ ਵਿਛੜ ਗਿਆ, ਆਹ ਕਾਰਨ ਦੱਸੇ, ਇਹ ਕਾਰਨ ਦੱਸਿਆ ਅਸਲ ਦਾ। ਉਹ ਜਿਹਦੀ ਪੂਜਾ ਕਰਦੇ ਫਿਰਦੇ, ਉਹਨੇ ਕਿਹਾ ਜੀ ਮੈਂ ਇਸ ਗੱਲੋਂ ਰੋਂਦਾ ਫਿਰਦਾ, ਸੀਤਾ ਤੇ ਲਛਮਣ ਮੇਰੇ ਵਿਛੜ ਗਏ ਨੇ ਤੇ ਮੈਂ ਇਸ ਗੱਲੋਂ ਰੋਇਆ। ਮਨ ਮੈਂ ਝੂਰੇ ਰਾਮ ਚੰਦ ਸਾਰੀ ਬਾਣੀ ਆ ਇਹ। ਤੇ ਵੇਖੋ ਜੀ ਸਾਡਾ ਦੁਖਾਂਤ ਇਹ ਆ ਵੀ ਸਿੱਖ ਬਾਣੀ ਨਹੀਂ ਪੜਦਾ। ਮਨ ਮੈਂ ਝੂਰੇ ਰਾਮ ਚੰਦ, ਤੇ ਜਿਹੜਾ ਕਦੀ ਆਪ ਵੀ ਝੂਰ ਪਿਆ, ਕਦੀ ਤਕੜੀ ਚ ਪਾ ਕੇ ਤੋਲੋ ਨਾ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜਿਹੜੇ ਕਹਿੰਦੇ ਰਮਾਇਣ ਲਿਖੀ, ਰਮਾਇਣ ਉਸਤਤ ਕਰੀਦੀ ਆ ਉਹਦੀ
ਜਿਹੜਾ ਆਪਣੇ ਤੋਂ ਉੱਤੇ ਹੋਏ ਤੇ ਉਹਨੇ ਰਾਮ ਦੀ ਬਹੁਤ ਉਸਤਤ ਕੀਤੀ ਹੈ, ਮਗਰ ਉਸ ਰਾਮ ਦੀ ਜਿਹੜਾ ਹਾਂ ਮੁਸਲਮਾਨ ਵਿੱਚ ਵੀ ਉਹਨਾਂ ਹੀ ਆ, ਹਿੰਦੂ ਵਿੱਚ ਵੀ ਉਹਨਾਂ, ਈਸਾਈ ਚ ਵੀ ਉਹਨਾਂ, ਸਿੱਖ ਚ ਵੀ ਉਹਨਾਂ। ਤੁਸੀਂ ਜਿਹੜੀ ਜਜ਼ਬ ਕਰਨ ਦੀ ਕਹਾਣੀ ਬਣਾ ਕੇ ਬੈਠੇ ਹੋ ਵੀ ਇਸ ਕੌਮ ਨੂੰ ਜਜ਼ਬ ਕਰ ਲੈਣਗੇ, ਬਿਲਕੁਲ ਡਰੋ ਨਾ। ਇਹੋ ਜਿਹੇ ਅਖੌਤੀ ਜਥੇਦਾਰ ਜਿਹੜੇ ਖਵਾਉਂਦੇ ਫਿਰਦੇ, ਇਹੋ ਜਿਹੇ ਕਰੋੜ ਉੱਗਣਗੇ। ਇਹ ਬਚਨ ਜਿਹੜੀ ਤੋਂ ਅੱਜ ਕੌਮ ਨੂੰ ਦਰਦ ਹੋਈ, ਇਹਨੇ ਤੇ ਕਈ ਸਾਲ ਪਹਿਲੋਂ ਸਟੇਜ ਤੇ ਪਟਨਾ ਸਾਹਿਬ ਦੀ ਤੇ ਕਿਹਾ ਹੈ, ਪਹਿਲੋਂ ਵੀ ਇਹਦੀ ਇੱਕ ਵਿਆਖਿਆ ਕੀਤੀ ਇਹਨੇ ਇਹੋ ਹੀ ਵੀ ਇਹ ਇਤਰਾਂ ਜੀ ਇਤਰਾਂ ਵੰਸਜ ਨੀ ਫਲਾਣ, ਇਹਨੇ ਪਹਿਲੋਂ ਵੀ ਕੀਤੀਆਂ। ਉਹ ਕੋਈ ਫਿਕਰ ਵਾਲੀ ਗੱਲ ਨਹੀਂ, ਮਨ ਮੈਂ ਝੂਰੇ ਰਾਮ ਚੰਦ, ਮੇਰਾ ਗੁਰੂ ਨਾਨਕ ਸਾਹਿਬ ਜੀ ਕਹਿ ਰਹੇ ਸਲੋਕ 12 ਤੇ ਵਧੀਕ ਪੜ੍ਹ ਕੇ ਵੇਖਿਓ, ਕੱਢ ਕੇ ਮਨ ਮੈਂ ਝੂਰੇ ਰਾਮ ਚੰਦ, ਕਿਉਂ ਝੂਰ ਰਿਹਾ ਜੀ? ਸੀਤਾ ਲਛਮਣ ਜੋਗ, ਸੀਤਾ ਤੇ ਲਛਮਣ ਦੇ ਮਿਲਾਪ ਲਈ ਝੂਰਦਾ ਫਿਰਦਾ ਜੰਗਲਾਂ ਦੇ ਵਿੱਚ, ਇਸ ਤਰ੍ਹਾਂ ਲਿਖਿਆ ਹੈ ਨਾ ਬਾਣੀ ਚ, ਕੋਈ ਇਹਨੂੰ ਚੈਲੰਜ ਨਹੀਂ ਕਰ ਸਕਦਾ। 550 ਸਾਲ ਤੋਂ ਅਗੰਮੀ ਬਾਣੀ ਜਿਹੜੀ ਆਈ ਨਿਰੰਕਾਰ ਦੇ ਘਰੋਂ, ਗੁਰੂ ਨਾਨਕ ਸਾਹਿਬ ਕਹਿੰਦੇ ਮੇਰੀ ਨਹੀਂ ਜੈਸੀ, ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ, ਮੈਂ ਸਮਾਜ ਨੂੰ ਦੱਸਣਾ ਹੈ ਵੀ ਉਸ ਰਾਮ ਦੀ ਪੂਜਾ ਕਰੋ ਜਿਹੜਾ ਰਾਮ ਘੱਟ ਘੱਟ ਵਿੱਚ ਬੈਠਾ ਹੈ। ਇੱਕ ਅਵਤਾਰੀ ਪੁਰਸ਼ ਜਿਹੜਾ ਸਮੇਂ ਦਾ ਅਵਤਾਰ ਆਇਆ ਜਾਂ ਰਾਜਾ ਹੋਇਆ, ਜੁਗਾਂ ਜੁਗਾਂ ਕੇ ਰਾਜੇ ਕੀਏ ਤੇ ਗਾਵੇਂ ਕਰ ਅਵਤਾਰੀ, ਗੁਰਬਾਣੀ ਚ ਲਿਖਿਆ ਵੀ ਜੁਗ ਜੁਗ ਦੇ ਰਾਜੇ ਬਣ ਕੇ ਆਏ ਤੇ ਉਹਨਾਂ ਨੂੰ ਅਵਤਾਰ ਕਰਕੇ ਲੋਕਾਂ ਨੇ ਗਾਇਆ, ਇਸ ਤਰ੍ਹਾਂ ਬਾਣੀ ਚ ਲਿਖਿਆ। ਚੰਗੇ ਹੋਣਗੇ, ਮਨ ਮੈਂ ਝੂਰੇ ਰਾਮ ਚੰਦ ਸੀਤਾ ਲਛਮਣ ਜੋਗ, ਆਖਿਆ ਹੁਣ ਕੀ ਕਰਾਂ ਤੇ ਜਿਹਦੇ ਨਾਲ ਸਾਨੂੰ ਜੋੜਦੇ ਫਿਰਦੇ ਆ। ਉੱਥੇ ਲਿਖਿਆ ਹਨਵੰਤਰ ਅਰਾਧਿਆ, ਹਨੂਮਾਨ ਇਹਨੇ ਬਹਿ ਕੇ ਹਨੂਮਾਨ ਦੀ ਅਰਾਧਨਾ ਕੀਤੀ ਉਲਟ। ਲੋਕੀ ਕਹਿੰਦੇ ਹਨੂਮਾਨ ਚੇਲਾ ਹੈ, ਹਨਵੰਤਰ ਅਰਾਧਿਆ ਤੇ ਆਇਆ ਕਰ ਸੰਯੋਗ, ਹਨਵੰਤਰ ਆਇਆ ਤੇ ਉਹਨੂੰ ਕਿਹਾ ਮੇਰਾ ਕੰਮ ਕਰ ਦੇ, ਉੱਥੇ ਆਹ ਕੰਮ ਆ। ਤੇ ਫਿਰ ਗੁਰਬਾਣੀ ਵਿੱਚ ਇਹ ਵੀ ਲਿਖਿਆ ਹੈ ਵੀ ਸੂਰਮਗਤੀ ਵਾਲੀ ਗੱਲ ਨਹੀਂ ਕੀਤੀ, ਜਿਹਨੂੰ ਮਾਰਿਆ ਰਾਵਣ ਨੂੰ ਉਹਦੇ ਭਰਾ ਨੂੰ ਪਹਿਲੋਂ ਖਰੀਦਿਆ, ਮੈਂ ਨਹੀਂ ਕਹਿੰਦਾ, ਬਾਣੀ ਚ ਲਿਖਿਆ ਭੇਦ ਭਪੀਖਣ, ਭੇਦ ਭੇਦ ਮਿੰਜ ਹਾਂ ਉਹਦੇ ਨਾ ਹੀ ਮਾਰਿਓ ਐ ਰਾਵਣ, ਮਾਰਿਓ ਐ ਰਾਵਣ, ਜਿਹੜਾ ਹੰਕਾਰੀ ਰਾਵਣ ਸੀ ਉਹਨੂੰ ਸਿੱਧਾ ਨਹੀਂ ਮਾਰਿਆ, ਭੇਦ ਲੈ ਕੇ। ਇਸ ਤਰ੍ਹਾਂ ਦੀ ਕੋਈ ਸਟੋਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਵੀ ਹੈ ਵੀ ਭੇਦ ਲੈ ਕੇ ਕਿਤੇ ਜੰਗ ਕੀਤੀ ਹੋਵੇ, 40-10 ਲੱਖ ਨਾਲ ਲੜਾ ਦੇਣੇ ਤੇ ਸਾਰੀ ਰਾਤ ਜਕਾਰੇ ਛੱਡਣੇ ਤੋਲ ਕੇ ਤੇ ਤੱਕ। ਅਸੀਂ ਇਹ ਨਹੀਂ ਕਹਿੰਦੇ ਵੀ ਉਹ ਨੀਵਾਂ ਉੱਚਾ, ਅਸੀਂ ਸਾਡਾ ਮੈਟਰ ਹੀ ਨਹੀਂ, ਇਹ ਇਹਨਾਂ ਦੀ ਸੋਚ ਆ, ਇਸ ਤਰ੍ਹਾਂ ਦਾ ਮੈਂ ਕਿਸੇ ਨੂੰ ਨੀਵਾਂ ਤੇ ਕਿਸੇ ਨੂੰ ਉੱਚਾ ਵਿਖਾਉਣਾ, ਅਸੀਂ ਤਾਂ ਕਹਿੰਦੇ ਤੁਹਾਡਾ ਸਤਿਕਾਰਯੋਗ ਹੈ ਤੁਸੀਂ ਮੰਨੋ, ਅਸੀਂ ਤੇ ਆਉਣ ਜਾਣ ਵਾਲੇ ਨੂੰ ਮੰਨਦੇ ਹੀ ਨਹੀਂ, ਜਿਹੜਾ ਪੈਦਾ ਹੋਇਆ ਤੇ ਜਾਂਦਾ ਹੈ ਨਾ, ਅਸੀਂ ਉਹਨੂੰ ਮੰਨਦੇ ਹਾਂ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸੀ ਪੁਰਖ ਹੈ ਸਭ ਮੇਰੇ ਅਸਮਾਏ, ਭਾਈ ਉਹ ਹਿੰਦੂ ਚ ਵੀ ਬੈਠਾ, ਉਹ ਮੁਸਲਮਾਨ ਚ ਵੀ ਬੈਠਾ, ਤੁਹਾਡੀ ਆਸਥਾ ਹੋ ਗਈ। ਫਿਰ ਸਤਿਗੁਰੂ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਜੀ ਕਹਿੰਦੇ ਵੀ ਉਹ ਜਿਹੜਾ ਰਾਮ ਚੰਦ ਆ ਉਹਨੂੰ ਉਹਨੇ ਹਨਵੰਤਰ ਦੀ ਅਰਾਧਨਾ ਕੀਤੀ, ਉਹਦੇ ਭਰਾ ਨੂੰ ਖਰੀਦਿਆ ਤੇ ਭਵਿੱਖਣ ਨੇ ਉਹਦਾ ਭੇਦ ਦਿੱਤਾ ਤੇ ਉਹਨੂੰ ਉਹਨਾਂ ਮਾਰਿਆ, ਐਸਾ ਲਿਖਿਆ ਗੁਰਬਾਣੀ ਚ। ਫਿਰ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੇ ਇਸ ਤਰ੍ਹਾਂ ਦਾ ਹਵਾਲਾ ਵੀ ਦਿੰਦੇ ਆ ਵੀ ਆਜ ਨਾਮੇ ਇਹ ਨਾਮਦੇਵ ਜੀ ਕਹਿੰਦੇ ਆ, ਕਿਤੇ ਬਾਣੀ ਪੜ੍ਹਨ ਤਾਂ ਸਹੀ, ਸਿੱਖ ਜੇ ਕਿਤੇ ਪੜ੍ਹਦੇ ਹੁੰਦੇ ਤੇ ਕਹੂ ਕੇਰ ਕਹਿਤਾ ਤੇ ਕਬਾਲਸੋ ਨੇ ਸਾਨੂੰ ਕੀ ਉਹਦੇ ਨਾਲ ਕੀ ਲੈਣਾ, ਮੋਦੀ ਨੇ ਕਹਿਤਾ ਤੇ ਇਹਦੇ ਨਾਲ ਸਾਡਾ ਕੀ ਹੋ ਗਿਆ। ਗੱਲ ਇੰਨੀ ਆ ਵੀ ਸਿੱਖ ਬਾਣੀ ਚ ਡੁੱਬਦਾ ਨਹੀਂ,
ਸਿੱਖ ਅਰਦਾਸ ਵੀ ਭੁੱਲ ਗਿਆ, ਸਿੱਖ ਬਾਣੀ ਵੀ ਭੁੱਲ ਗਿਆ। ਸਾਹਿਬ ਕਹਿੰਦੇ ਤੁਰਨ ਲੱਗਿਆਂ ਵੀ ਅਰਦਾਸ ਕਰਨੀ ਹੈ, ਸੁਣੋ, ਜਿੱਥੇ ਜਾਣਾ ਹੈ ਯਾਤਰਾ ਤੇ ਤੁਰਨ ਲੱਗਿਆਂ ਵੀ ਅਰਦਾਸ ਕਰਨੀ ਹੈ, ਯਾਤਰਾ ਤੇ ਪਹੁੰਚ ਕੇ ਵੀ ਅਰਦਾਸ ਕਰਨੀ ਹੈ। ਮਰਿਆਦਾ ਚ ਲਿਖਿਆ ਕੋਈ ਕੰਮ ਕਰਨ ਤੋਂ ਪਹਿਲਾਂ ਅਰਦਾਸ ਕਰਨੀ, ਹਰ ਗੱਲ ਭੁੱਲ ਗਏ। ਇਹ ਮੀਟਿੰਗ ਕਰਨ ਅਰਦਾਸ ਨਹੀਂ ਕਰਦੇ, ਹੁਕਮਨਾਮਾ ਨਹੀਂ ਲੈਂਦੇ। ਯਾਰ ਗੁਰੂ ਕਿਤਨਾ ਮੰਨਦੇ ਹੋ, ਸਭ ਸਿੱਖਣ ਕੋ ਹੁਕਮ ਆ। ਜੇ ਸਾਡੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਰੀਰ ਕਰਕੇ ਬੈਠੇ ਹੋਣ ਤੇ ਆਪਾਂ ਪੁੱਛੀਏ ਨਾ ਵੀ ਮਹਾਰਾਜ ਆ ਕੰਮ ਕਰਨ ਲੱਗੇ, ਫਿਰ ਭੇਤ ਤੇ ਇੱਥੇ ਪੈ ਗਿਆ ਨਾ। ਰੁਲਦੇ ਤੇ ਤਾਂ ਹੀ ਫਿਰਦੇ ਆ ਨਾ ਵੀ ਅਸੀਂ ਇੱਕ ਔਰਗੇਨਾਈਜੇਸ਼ਨ ਸੀ ਜਿਹਨਾਂ ਨੇ ਇੱਕ ਮੀਟਿੰਗ ਸੱਦੀ ਚੰਡੀਗੜ੍ਹ ਦੇ ਵਿੱਚ। ਦਾਸ ਨੂੰ ਬਹੁਤ ਵਾਰ ਫੋਨ ਕੀਤੇ ਤੇ ਮਿਲੇ ਵੀ ਨਿੱਜੀ ਤੌਰ ਤੇ ਆ ਕੇ, ਕਹਿੰਦੇ ਜੀ ਉਸ ਮੀਟਿੰਗ ਵਿੱਚ ਆਪ ਜੀ ਵੀ ਆਓ, ਪੰਥ ਦਾ ਮਤਲਬ ਹੈ ਜੀ ਜ਼ਰੂਰੀ ਆਉਣਾ ਆਉਣਾ, ਮਗਰ ਮੈਨੂੰ ਇਹ ਦੱਸੋ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰੋਗੇ ਉੱਥੇ? ਨਹੀਂ ਜੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਪ੍ਰਕਾਸ਼ ਨਹੀਂ ਹੋਣਗੇ, ਕਿਉਂਕਿ ਝਗੜਾ ਹੋ ਜਾਂਦਾ। ਪਹਿਲੋਂ ਸੁਰਤ ਵਿੱਚ ਝਗੜਾ ਪੈ ਗਿਆ ਹੈ ਤੇ ਗੁਰੂ ਝਗੜੇ ਨਪਟਾਉਂਦਾ ਹੈ ਕਿ ਪਾਉਂਦਾ ਹੈ? ਸਗੋਂ ਗੁਰੂ ਹੁੰਦਾ ਤੇ ਹੋ ਸਕਦਾ ਝਗੜਾ ਨਾ ਹੁੰਦਾ। ਮੈਂ ਕਿਹਾ ਜੀ ਤੁਸੀਂ ਫਿਰ ਮੀਟਿੰਗ ਦੀ ਆਰੰਭਤਾ ਕਰਨ ਤੋਂ ਆਗਿਆ ਕਿਹਦੇ ਕੋਲੋਂ ਲਓਗੇ? ਕਹੇ ਜੀ ਨਹੀਂ ਉਤਰ, ਮੈਂ ਫਿਰ ਨਹੀਂ, ਜਿੱਥੇ ਮੇਰਾ ਗੁਰੂ ਨਹੀਂ ਮੇਰਾ ਕੀ ਕੰਮ ਹੈ। ਆਜ ਨਾਮੇ ਬੀਠਲ ਦੇਖਿਆ, ਸੁਣੋ ਗੁਰੂ ਕੇ ਸਿੱਖੋ, ਨਾਮਦੇਵ ਤੁਹਾਡਾ ਮਹਾਰਾਸ਼ਟਰ ਵਾਲਾ ਕਹਿੰਦਾ ਵੀ ਅੱਜ ਮੈਂ ਬੀਠਲ ਨੂੰ ਦੇਖਿਆ ਹੈ ਤੇ ਨਾਮਦੇਵ ਨੂੰ ਪੁੱਛਿਆ ਵੀ ਕੀ ਕਰ ਰਿਹਾ ਸੀ? ਪਕੜ ਰਹੇ ਹੋ? ਖਲੋਤੇ ਹੋ? ਅੰਦਰੋਂ ਖਲੋਤੇ ਹੋ? ਆਜ ਨਾਮੇ ਬੀਠਲ ਦੇਖਿਆ ਤੇ ਕੀ ਕਰ ਰਿਹਾ ਸੀ? ਕਹਿੰਦੇ ਇੱਕ ਮੂਰਖ ਨੂੰ ਸਮਝਾਉਣ ਡਿਆ ਸੀ। ਇੱਕ ਉਹਨੂੰ ਮੂਰਖ ਮਿਲ ਗਿਆ, ਕਿਹਨੂੰ? ਰੱਬ ਨੂੰ, ਬੀਠਲ ਨੂੰ। ਤੇ ਉਹ ਇੱਕ ਮੂਰਖ ਨੂੰ ਸਮਝਾਉਣ ਡਿਆ ਸੀ। ਕੀ ਸਮਝਾਉਣ ਡਿਆ ਸੀ? ਇਹ ਅੱਗੋਂ ਕੁਐਸਚਨ ਕੀਤਾ ਵੀ ਨਾਮਦੇਵ ਜੀ ਤੁਸੀਂ ਤਾਂ ਬ੍ਰਹਮ ਗਿਆਨੀ ਹੋ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਮੈਂ ਨਹੀਂ ਕੋਈ ਹੈ, ਤੁਹਾਡੇ ਅੰਮ੍ਰਿਤ ਵਚਨ ਨੇ ਕੀ ਵੇਖਿਆ? ਕਹਿੰਦੇ ਨਾਮਦੇਵ ਨੇ ਨਹੀਂ, ਲੋਕੀ ਕਹਿੰਦੇ ਨਾਮਦੇਵ ਕਹਿੰਦਾ ਅੱਜ ਮੈਂ ਬੀਠਲ ਨੂੰ ਵੇਖਿਆ। ਨਹੀਂ ਨਹੀਂ ਐਸਾ ਨਹੀਂ, ਨਾਮਦੇਵ ਕਹਿੰਦਾ ਵੀ ਮੈਂ ਵੇਖਿਆ ਵੀ ਇਸ ਤਰ੍ਹਾਂ ਦਾ ਕੌਤਕ ਹੋਣ ਡਿਆ ਸੀ ਜਿੱਥੇ ਰੱਬ ਇੱਕ ਮੂਰਖ ਨੂੰ ਸਮਝਾ ਰਿਹਾ ਸੀ। ਤੇ ਆਖਿਆ ਜੀ ਮੂਰਖ ਦਾ ਨਾਮ ਦੱਸੋ? ਕਹਿੰਦੇ ਪਾਂਡਾ, ਪਾਂਡੇ ਮੀਨ ਪੰਡਿਤ, ਪਾਂਡੇ ਤੁੰਬਰੀ ਗਾਇਤਰੀ, ਇਹ ਗੱਲਾਂ ਕਰਨ ਡਿਆ ਸੀ ਰੱਬ। ਨਾਮਦੇਵ ਕਹਿੰਦਾ ਮੈਂ ਵੇਖਿਆ, ਪਾਂਡੇ ਨਾਲ ਗੱਲਾਂ ਕਰ ਰਿਹਾ ਸੀ। ਪਾਂਡੇ ਤੁੰਬਰੀ ਗਾਇਤਰੀ ਲੋਧੇ ਕਾ ਖੇਤ ਖਾਤੀ ਥੀ, ਇੱਕ ਕਿਸਾਨ ਦਾ ਚਰਦੀ ਸੀ ਤੇ ਲੇਕਰ ਠੇਂਗਾ ਟੰਗਰੀ ਤੋਰੀ, ਉਹਨੇ ਚੁੱਕ ਕੇ ਡਾਂਗ ਤੇ ਉਹਦੀ ਲੱਤ ਤੋੜਤੀ ਤੇ ਉਹ ਲੰਘ ਤੇ ਲੰਘ ਤੇ ਜਾਤੀ ਥੀ। ਇਹ ਜਿਹੜੇ ਮੰਤਰ ਪੜ੍ਹਦੇ ਉਹਦਾ, ਫਿਰ ਪਾਂਡੇ ਤੁਮਰਾ ਦੂਸਰਾ, ਦੂਸਰਾ ਕਹਿੰਦਾ ਮੈਂ ਵੇਖਿਆ ਪਾਂਡੇ ਤੁਮਰਾ ਮਹਾਦੇਵ, ਜਿਹਨੂੰ ਮਹਾਦੇਵ ਮੰਨਦੇ, ਸ਼ਿਵਜੀ ਮੰਨਦੇ, ਪਾਂਡੇ ਤੁਮਰਾ ਮਹਾਦੇਵ ਸੋ ਵੀ ਆਵਤ ਦੇਖਿਆ ਥਾ, ਮੈਂ ਇਸ ਧਰਤੀ ਤੇ ਉਹਨੂੰ ਆਇਆ ਵੀ ਵੇਖਿਆ। ਮੋਦੀ ਕੇ ਘਰ ਖਾਣਾ ਪਾਕਾ, ਉੱਤੇ ਸ਼ਬਦ ਮੋਦੀ ਆ, ਮੋਦੀ ਕੇ ਘਰ ਖਾਣਾ ਪਾਕਾ ਵਾਕਾ ਲੜਕਾ ਮਾਰਿਆ ਥਾ, ਮੋਦੀ ਕੇ ਘਰ ਖਾਣਾ ਪਾਕਾ। ਇਹ ਦੱਸਣ ਡਿਆ ਨਾਮਦੇਵ ਵੀ ਉਹਦੇ ਨਾਲ ਗੱਲਾਂ ਹੋਣ ਡਈਆਂ ਸੀ ਪਾਂਡੇ ਨਾਲ, ਵੀ ਆਹ ਤੇਰੇ ਮਹਾਦੇਵ ਨੇ ਕੀਤਾ। ਪਹਿਲੋਂ ਕੀ ਕਿਹਾ? ਗਾਇਤਰੀ ਦਾ, ਫਿਰ ਮਹਾਦੇਵ ਦਾ ਦੱਸਿਆ, ਗੱਲ ਤਾਂ ਕਰਨ। ਇਹ ਤੇ ਸਿੱਖ ਦੀ ਕਿਸੇ ਦੀ ਬਾਣੀ ਨਹੀਂ, ਆਪਾਂ ਕਹਿੰਦੇ ਵੀ ਸਿੱਖ, ਅਸੀਂ ਤੇ ਉਹਨਾਂ, ਉਹ ਸਾਡੇ ਪੂਰਵਜ ਉਹ ਨੇ ਜਿਹੜੇ ਤਰਕ ਦੀ ਗੱਲ ਕਰਦੇ। ਸਾਡੇ ਪੂਰਵਜ ਅਸੀਂ ਨਹੀਂ ਮੰਨਦੇ ਕਿਸੇ ਨੂੰ, ਸਾਡੇ ਪੂਰਵਜ ਨਾਮਦੇਵ ਨੇ, ਸਾਡਾ ਪੂਰਵਜ ਬਾਬਾ ਕਬੀਰ ਆ, ਜਿਹਦੀ ਪੂਰਵਜ ਦੇ ਨਾਲ ਅੱਜ ਨੂੰ ਤੁਸੀਂ ਡੈਨਾਟਿਸਟ ਕੀ ਕਹਿੰਦੇ ਹੋ, ਜਨਮ ਜਿਹਦੇ ਵਿੱਚ ਹੁੰਦੇ ਆ
ਜਦ ਪੁਸਤ ਜਿੱਥੋਂ ਚੱਲਦੀ ਜਨਰੇਸ਼ਨ, ਹਾਂ ਜਿਹਦੇ ਵਿੱਚੋਂ ਸੁਭਾਅ, ਹੁਣ ਤੁਹਾਡਾ ਆਪਣੇ ਪਿਤਾ ਜੀ ਨਾਲ ਸੁਭਾਅ ਮਿਲਦਾ ਹੈ, ਕਹਿੰਦੇ ਕਿਤੇ ਨਾ ਕਿਤੇ ਨੈਣ ਨਕਸ਼ ਮਿਲਦੇ, ਸਾਡਾ ਮੂੰਹ ਤੇ ਵੇਖੋ, ਸਾਡਾ ਮੂੰਹ ਤੇ ਕਬੀਰ ਨਾਲ ਰਲਦਾ ਹੈ, ਅਸੀਂ ਤੇ ਵਿਚਾਰਕ ਲੋਕ ਹਾਂ, ਸਾਡੀ ਤੇ ਵਿਚਾਰਧਾਰਾ ਜਿਹਦੇ ਨਾਲ ਰਲਦੀ, ਸਾਡੇ ਪੂਰਵਜ ਉਹ ਨੇ, ਪਾਂਡੇ ਤੁਮਰਾ ਮਾਂ ਦਿਓ ਸੋ ਵੀ ਆਵਤ ਦੇਖਿਆ ਥਾ, ਮੋਦੀ ਕੇ ਕਾਰਖਾਨਾ ਪਾਕਾ ਵਾਕਾ ਲੜਕਾ ਮਾਰਿਆ ਥਾ। ਆ ਗਈ ਰਾਮ ਚੰਦਰ ਦੀ ਗੱਲ, ਗਰੀਬ ਨਵਾਜ ਪਾਤਸ਼ਾਹ ਨੇ ਫਿਰ ਆਖਿਆ ਪਾਂਡੇ ਤੁਮਰਾ ਰਾਮ ਚੰਦ, ਅੱਜ ਇਹਦੇ ਨਾਲ ਸਾਨੂੰ ਜੋੜਦੇ ਫਿਰਦੇ, ਸੋ ਵੀ ਆਵਤ ਦੇਖਿਆ ਸਾ, ਇੰਨੀ ਆਜ਼ਾਦ ਬੋਲ, ਇੰਨੇ ਨਿਰਭੈ ਬੋਲ ਨਾਮਦੇਵ ਦੇ, ਕਹਿੰਦੇ ਸੋ ਵੀ ਆਵਤ ਪਾਂਡੇ ਤੁਮਰਾ ਰਾਮ ਚੰਦ ਸੋ ਵੀ ਆਵਤ ਦੇਖਿਆ ਸਾ, ਤੇ ਉਹ ਕਹਿੰਦੇ ਕੀ ਗੱਲ ਕਰ ਰਹੇ ਸੀ, ਕਹਿੰਦੇ ਪਾਂਡੇ ਨੂੰ ਸਮਝਾਉਣ ਡੇ ਜਿਹਦੀ ਤੂੰ ਪੂਜਾ ਕਰਦਾ ਇਹਦੀ ਰਾਵਣ ਸੇਤੀ ਸਰਬਰ ਹੋਈ, ਸਰਬਰ ਹੁੰਦੀ ਲੜਾਈ, ਇਹ ਹੁਣ ਗੱਲਾਂ ਕੌਣ ਦੱਸੂ ਕੌਣ ਪੜੂ, ਆਪਾਂ ਤੇ ਮੱਥਾ ਟੇਕਿਆ ਗੁਰੂ ਗ੍ਰੰਥ ਸਾਹਿਬ ਜੀ ਨੂੰ, ਰਾਵਣ ਸੇਤੀ ਸਰਬਰ ਹੋਈ ਘਰ ਕੀ ਜੋਏ ਗੁਆਈ ਥੀ, ਜੋਏ ਮੈਨੇ ਜੋਰੂ, ਲੜਾਈ ਕਰਕੇ ਤੇ ਘਰ ਦੀ ਜੋਰੂ ਗੁਆ ਬੈਠਾ, ਤੇ ਪਿੱਛੇ ਜਾ ਕੇ ਨਾਮਦੇਵ ਹੋਰ ਕਹਿੰਦਾ, ਕਹਿੰਦਾ ਮੈਂ ਤੇ ਵੇਖਿਆ ਵੀ ਹਿੰਦੂ ਅੰਨਾ ਤੇ ਤੁਰਕੂ ਕਾਣਾ, ਬਾਣੀ ਬੋਲਦੀ, ਸਾਢੇ 500 ਸਾਲ ਸਾਢੇ 700 ਸਾਲ ਪਹਿਲੋਂ ਨਾਮਦੇਵ ਦੇ ਇਹ ਬਚਨ ਨੇ ਬੋਲੇ ਹੋਏ, ਹਿੰਦੂ ਅੰਨਾ ਵੇਖਿਆ ਤੇ ਬੋਲਿਆ, ਐਵੇਂ ਥੋੜਾ ਉਹਨੇ ਵੇਖਿਆ ਵਿਚਾਰੇ ਨੇ, ਹਿੰਦੂ ਅੰਨਾ ਤੇ ਤੁਰਕੂ ਕਾਣਾ ਦੋਹਾਂ ਤੇ ਗਿਆਨੀ ਸਿਆਣਾ, ਦੋਹਾਂ ਨਾਲੋਂ ਗਿਆਨਵਾਨ ਬੰਦਾ, ਇਹ ਨੀ ਵੀ ਗਿਆਨੀ ਕੱਪੜਿਆਂ ਵਾਲਾ ਜਿਹੜਾ, ਹੁਣ ਗਿਆਨੀ ਉਹ ਸੀ ਜਿਹਨੂੰ ਗਿਆਨੀ ਕਹਿੰਦੇ ਜਿਹੜਾ ਬਿਆਨ ਦੇ ਗਿਆ, ਕੋਈ ਕੱਪੜੇ ਪਾਉਣ ਨਾਲ ਗਿਆਨੀ ਥੋੜਾ ਹੈ, ਪਤਾ ਲੱਗਿਆ ਦੋਹਾਂ ਤੇ ਗਿਆਨਵਾਨ ਬੰਦਾ ਬਾਬਾ ਕਬੀਰ ਸਿਆਣਾ ਹੈ ਦੋਵਾਂ ਚੋਂ, ਜਿਹਨੇ ਕਿਹਾ ਨਾ ਮੈਂ ਹਿੰਦੂ ਹਾਂ ਨਾ ਮੈਂ ਮੁਸਲਮਾਨ ਹਾਂ, ਭਾਈ ਅਸਲੀ ਗੱਲ ਤੇ ਆਓ, ਸਾਰੀਆਂ ਧੱਜੀਆਂ ਉਡਾ ਕੇ ਇਹਨਾਂ ਨੇ ਰੱਖੀਆਂ, ਨਾ ਪ੍ਰਮੋਟ ਨਹੀਂ ਕੀਤਾ ਕਬੀਰ ਨੂੰ, ਇਹਨਾਂ ਨਾ ਰਵਿਦਾਸ ਜੀ ਨੂੰ ਨਾ ਨਾਮਦੇਵ ਨੂੰ ਨਾ ਸਦਨੇ ਨੂੰ ਤਾਂ ਨਾ ਧੰਨੇ ਨੂੰ, ਜਿਹਨਾਂ ਜਿਹਨਾਂ ਨੇ ਰੱਬ ਦੀ ਗੱਲ ਕੀਤੀ ਸਾਹਿਬ ਗੁਰੂ ਨਾਨਕ ਸਾਹਿਬ ਦੀ, ਇਹਨਾਂ ਨੂੰ ਦੁੱਖ ਦਾ ਹੈ ਵੀ ਸਾਡੀ ਜਿਹੜੀ ਇਹ ਲੰਕਾ ਬਣੀ ਆ ਵਹਿਮਾਂ ਭਰਮਾਂ ਦੀ, ਆ ਵੇਖੋ ਕਿਰਤਨ ਨਛੱਤਰ ਗ੍ਰਹਿ ਫਲਾਉਣ ਟੀਂਗ, ਸਾਨੂੰ ਤੇ ਚੇਤਾ ਨਹੀਂ ਇਹਨਾਂ ਗੱਲਾਂ ਦਾ, ਮਹਾਂ ਮੰਡਲੇਸ਼ਵਰ ਫਲਾਉਣੇ ਢੀਂਗੜੇ ਕਿੰਨੇ ਨਾਂ ਇਹਨਾਂ ਦੇ ਕੋਲ ਹੈਗੇ, ਅੱਜ ਜੀ ਚੰਦਰਮਾ ਦੀ ਸ਼ੁਭ ਰੀਤੀ ਨਹੀਂ ਮਿਲੇ, ਸਾਨੂੰ ਤੇ ਇਹਨਾਂ ਗੱਲਾਂ ਦਾ ਪਤਾ ਹੀ ਨਹੀਂ, ਕਿੰਨੇ ਸਾਡੇ ਵੱਡੇ ਭਾਗ ਨੇ ਵੀ ਇਹ ਸਾਡੇ ਅੰਦਰ ਇਹ ਰੌਲਾ ਹੀ ਨਹੀਂ, ਇਹ ਸ਼ੁਕਰ ਕਰੋ ਗੁਰੂ ਨਾਨਕ ਸਾਹਿਬ ਦਾ, ਬਲਹਾਰੀ ਗੁਰੇ ਆਪਣੇ ਦਿਓਹਾੜੀ ਸਦਵਾਰ, ਜਿਨ ਮਾਣਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ, ਜੇ ਸਭ ਚੰਦਾ ਉਗਵੇ ਸੂਰਜ ਚੜੇ ਹਜ਼ਾਰ, ਇੱਥੇ ਚਾਨਣ ਹੁੰਦਿਆਂ ਗੁਰਬਿਨ ਘੋਰ ਆਉਂਦਾ, ਅਸੀਂ ਤੇ ਇੱਥੇ ਖਲੋਤੇ ਗੁਰੂ ਤੋਂ ਬਿਨਾਂ ਤੇ ਹਨੇਰਾ ਹੈ, ਹਿੰਦੂ ਅੰਨਾ ਤੁਰਕੂ ਕਾਣਾ ਦੋਹਾਂ ਤੇ ਗਿਆਨੀ ਸਿਆਣਾ, ਆਖਿਆ ਜੀ ਅੱਗੇ ਜਾ ਕੇ ਫਿਰ ਨਾਮ ਦੇ ਵਿਸੇ ਸ਼ਬਦ ਵਿੱਚ ਹੀ, ਹਿੰਦੂ ਪੂਜੇ ਦੇਹਰਾ ਦੇਹਰਾ ਆਪਣੇ ਮੰਦਿਰ, ਵੇਖੋ ਸ਼ਬਦ ਸਾਰਾ ਹੀ ਅਗਵਾਈ ਕਰ ਰਿਹਾ ਵੀ ਸਿੱਖਾ ਤੂੰ ਪੜ੍ਹ ਤੇ ਸਹੀ, ਤੂੰ ਕਿਸ ਤਰ੍ਹਾਂ ਹਿੰਦੂ ਹੋ ਗਿਆ, ਹਿੰਦੂ ਪੂਜੇ ਦੇਹਰਾ, ਨਾਮਦੇਵ ਕਹਿੰਦਾ ਮੈਂ ਤੇ ਹਿੰਦੂ ਨਹੀਂ, ਮੈਂ ਤੇ ਮੰਦਿਰ ਵਿੱਚ ਨਹੀਂ ਜਾਣਾ, ਹਿੰਦੂ ਪੂਜੇ ਦੇਹਰਾ, ਮੁਸਲਮਾਨ ਮਸੀਤ, ਮੁਸਲਮਾਨ ਮਸਜਿਦ ਵਿੱਚ ਜਾਂਦਾ ਹੈ, ਨਾ ਮੈਂ ਮੁਸਲਮਾਨ ਹਾਂ, ਨਾਮਦੇਵ ਕਹਿੰਦਾ ਮੈਂ ਤੇ ਮਸਜਿਦ ਵਿੱਚ ਨਹੀਂ ਜਾਂਦਾ, ਮੈਂ ਤੇ ਮੰਦਿਰ ਨਹੀਂ, ਤੁਸੀਂ ਕਿੱਥੇ ਜਾਂਦੇ ਹੋ ਜੀ, ਨਾਮੇ ਸੇਈ ਸੇਵਿਆ ਜੇ ਦੇਵਰਾ ਨਾ ਮਸੀਤ, ਪਤਾ ਲੱਗ ਗਿਆ ਵੀ ਨਾਮਦੇਵ ਤੇ ਉਹਦੀ ਸੇਵਾ ਕਰਦਾ ਹੈ, ਉਹਦਾ ਧਿਆਨ ਧਰਦਾ, ਨਾ ਜਿਹੜਾ ਮੰਦਿਰ ਵਿੱਚ ਹੈ ਨਾ ਮਸਜਿਦ ਵਿੱਚ ਹੈ,
ਕਿੱਥੇ ਆ ਜੀ? ਈਬੇ ਬੀਠਲ ਉਬੇ ਬੀਠਲ, ਇੱਥੇ ਵੀ ਰੱਬ ਆ, ਉੱਥੇ ਵੀ ਰੱਬ ਆ, ਮੁਸਲਮਾਨ ਵਿੱਚ ਵੀ ਰੱਬ ਆ, ਹਿੰਦੂ ਚ ਵੀ ਰੱਬ ਆ। ਅਸੀਂ ਤੇ ਉਹਦੇ ਪਾਸ਼ਕਾਂ, ਜੋੜਨ ਨਾਲ ਕੁਛ ਨਹੀਂ ਹੁੰਦਾ। ਜੇ ਜੁਗ ਚਾਰੇ ਆਰ ਜਾ ਹੋਰ ਦਸੁਣੀ ਹੋਏ, ਜਿਸ ਮਨ ਬੱਸੇ ਸੁਣੇ ਲਾਏ ਪ੍ਰੀਤ, ਤੇ ਜਨ ਆਵੇ ਹਰ ਪ੍ਰਭ ਚੀਤ। ਜਿਹਦੇ ਹਿਰਦੇ ਚ ਵਸਿਆ ਜਨਮ ਮਰਨ ਤਾਕਾ ਦੁੱਖ ਨਿਵਾਰੇ ਦੁਲੱਭ ਦੇ, ਆ ਜਿਹੜੀ ਤਤਕਾਲ ਉਧਾਰੀ, ਤਤਕਾਲ ਉਧਾਰੇ, ਤਤਕਾਲ ਰਾਈਟ ਵੇ ਉਸੇ ਘੜੀ ਉਧਾਰ ਕਰ ਦਿੰਦੀ, ਜਿਹਦੇ ਹਿਰਦੇ ਚ ਨਾਮ ਵਸ ਜਾਵੇ। ਚੇਤਾ ਭੁੱਲ ਗਿਆ, ਖਿਲਰ ਗਏ ਉਹ, ਖਿਲਰ ਤਾਂ ਹੀ ਬੋਲੇ ਨੇ, ਜਿਹਦੇ ਹਿਰਦੇ ਚ ਨਾਮ ਵਸੇ। ਯੁੱਗ ਨਹੀਂ ਲੱਗਦੇ ਸੁਧਰਦਿਆਂ, ਜਦੋਂ ਲੋਹਾ ਤੇ ਪਾਰਸ ਭੇਟੀਏ ਨਾ, ਪਾਰਸ ਤਾਬੋ ਛੋਏ, ਪਾਰਸ ਤਾਂਬੋ ਛੋਏ, ਤਾਂਬੇ ਨੂੰ ਛੋ ਗਿਆ, ਤੇ ਕਣਕ ਹੋਤ ਨਹੀਂ ਬਾਰ, ਨਹੀਂ ਬਾਰ ਮਣੇ ਟਾਈਮ ਨਹੀਂ ਲੱਗਦਾ, ਸੋਨਾ ਬਣਦੇ। ਮੇਰੇ ਸਾਹਿਬ ਵੀ ਕਹਿੰਦੇ ਜਨਮ ਮਰਨ ਤਾਕਾ ਦੁੱਖ ਨਿਵਾਰੇ ਦੁਲੱਭ ਦੇ ਤਤਕਾਲ, ਉਸੇ ਘੜੀ, ਉਸੇ ਘੜੀ ਫਰਕ ਆਉਣਾ ਸ਼ੁਰੂ ਹੋ ਗਿਆ। ਜਿੱਦਣ ਕਿਤੇ ਹਿਰਦੇ ਚ ਵਸ ਗਿਆ, ਜਿੱਦਣ ਨਾਮ ਸਾਡੀ ਸੁਰਤ ਨੂੰ ਛੋ ਗਿਆ, ਬਦਲਾਓ ਆਉਣਾ ਹੈ। ਜੇ ਨਹੀਂ ਬਦਲਾਓ ਆ ਰਿਹਾ ਅੱਜ ਤੱਕ, ਤੇ ਫਿਰ ਇੱਥੋਂ ਪਤਾ ਲੱਗਾ ਵੀ ਸੁਰਤ ਨੂੰ ਛੋਇਆ ਨਹੀਂ, ਮੂੰਹ ਚੋਂ ਬੋਲਿਆ ਸੁਰਤ ਨੂੰ ਨਹੀਂ ਛੋਇਆ, ਐਸਾ ਲਿਖਿਆ ਹੈ। ਦੁਲੱਭ ਦੇ ਤਤਕਾਲ ਉਧਾਰੇ, ਤੇ ਅੱਗੇ ਜਾ ਕੇ ਨਾਮ ਦੀ ਮਹਿਮਾ ਫਿਰ ਲਿਖੀ, ਸਭ ਤੇ ਊਚ ਜਨਮ ਮਰਨ ਤਾਕਾ ਦੁੱਖ ਨਿਵਾਰੇ ਦੁਲੱਭ ਦੇ ਤਤਕਾਲ ਉਧਾਰੇ। ਨਿਰਮਲ ਤਾਂ ਕੇ ਕਰਮ ਸਾਧ ਨਾਮ, ਨਿਰਮਲ ਤਾਂ ਕੇ ਕਰਮ, ਇਹ ਨਾਮ ਜਿਹਨਾਂ ਦੇ ਹਿਰਦੇ ਚ ਵਸ ਗਿਆ, ਕੱਲ ਦੇ ਬਦਮਾਸ਼ ਨੂੰ ਲੋਕਾਂ ਨੇ ਸਾਧ ਕਹਿਣਾ ਸ਼ੁਰੂ ਕਰਤਾ। ਪਤਾ ਲੱਗਾ ਜਿਹੜਾ ਕੱਲ ਦਾ ਬਦਮਾਸ਼ ਸੀ, ਨਾਮ ਹਿਰਦੇ ਚ ਵਸ ਗਿਆ, ਤੇ ਉਹਨੂੰ ਸਾਧ ਨਾਮ ਨਿਰਮਲ ਤਾਂ ਕੇ ਕਰਮ, ਸਾਧ ਨਾਮ ਪੈ ਗਿਆ ਤੇ ਕਰਮ ਉਹਦੇ ਨਿਰਮਲ ਹੋ ਗਏ। ਜਿੱਦਣ ਤੋਂ ਨਾਮ ਆਇਆ ਸਭ ਕੁਝ ਬਦਲ ਕੇ ਰੱਖ ਦਿੱਤਾ ਨਾਮ। ਫਿਰ ਆਖਿਆ ਇਹ ਨਾਮ ਕਿੰਨਾ ਕੁ ਉੱਤਮ ਹੈ, ਕਹਿੰਦੇ ਸਭ ਤੇ ਊਚ ਤਾਕੀ ਸ਼ੋਭਾ ਬਣੀ, ਸਭ ਤੇ ਊਚ ਕਿਹਦੀ ਭਲਾ? ਜਿਸ ਦੇ ਵਿਰਦੇ ਚ ਵਸੀ ਆ, ਹੁਣ ਉਹਦੇ ਬਾਰੇ ਦੱਸਣ ਡਿਆ ਸਤਿਗੁਰੂ ਪਾਤਸ਼ਾਹ ਜੀ। ਜਿਸ ਮਨ ਵਸੇ, ਇੱਥੋਂ ਤੁਰੇ ਨੇ ਮਨ ਚ ਵਸੇ, ਇਹ ਹੁਣ ਉਹਦੀ ਆ ਵੀ ਸਾਰੀ ਸੰਸਾਰ ਵਿੱਚੋਂ ਸਭ ਤੇ ਊਚ ਤਾਂ ਕੀ ਸ਼ੋਭਾ ਬਣੀ। ਆਖਿਆ ਜੀ ਇਹਦੇ ਕੋਲ ਪੈਸੇ ਤੇ ਹੈ ਨਹੀਂ, ਇਹਦੇ ਕੋਈ ਪ੍ਰੋਪਰਟੀ ਤੇ ਇੰਨੀ ਵੱਡੀ ਹੈ ਨਹੀਂ, ਸ਼ੋਭਾ ਕਿਸ ਤਰ੍ਹਾਂ ਬਣ ਗਈ ਸਾਰਿਆਂ ਤੋਂ ਉੱਚੇ ਦੀ? ਨਾਨਕ ਇਹ ਗੁਣ ਨਾਮ ਸੁੱਖ ਮਣੀ, ਇਹ ਗੁਣ ਨੇ ਸੁੱਖਾਂ ਦੀ ਮਣੀ ਨਾਮ ਦੇ, ਜਿਹਦੇ ਜਿਹਦੇ ਕੋਲ ਆਇਆ ਜਨਮ ਮਰਨ ਦਾ ਨਿਵਾਰ ਦਿੱਤਾ, ਸਾਹ ਤੋਂ ਉੱਤੇ ਉਹਦੀ ਸ਼ੋਭਾ ਬਣ ਗਈ, ਸਾਰਾ ਕੁਛ ਉਹਦਾ ਬਣ ਗਿਆ ਜਿਹਦੇ ਹਿਰਦੇ ਚ ਨਾਮ ਆ ਗਿਆ। ਨਾਮ ਸੁੱਖ, ਸੁੱਖਾਂ ਦੀ ਮਣੀ। ਬਹੁਤੇ ਲੋਕੀ ਬਾਣੀ ਨਾਲ ਜੋੜਦੇ ਨੇ ਵੀ ਇਹ ਗੁਣ ਸੁਖਮਨੀ ਸਾਹਿਬ ਪਾਠ ਚ ਨੇ, ਨਹੀਂ ਨਹੀਂ ਨਹੀਂ, ਸਾਰੀ ਬਾਣੀ ਸੁਖਮਨੀ ਸਾਹਿਬ ਆ, ਇੱਕ ਅੰਗ ਤੋਂ ਲੈ ਕੇ 14 ਸੁੱਤੀ ਅੰਗ ਤੱਕ, ਇੱਕ ਇੱਕ ਵੱਖਰੀ ਬਾਣੀ ਦਾ ਨਹੀਂ। ਇਹ ਉਸ ਬੰਦੇ ਦੀ ਗੱਲ ਕਰ ਰਿਹਾ ਜਿਸ ਮਨ ਵਸੈ ਤੇ ਸੁਣੇ ਲਾਏ ਪ੍ਰੀਤ, ਜਿਹਦੇ ਮਨ ਚ ਵਸਿਆ, ਜਿਹੜਾ ਪ੍ਰੀਤੀ ਲਾ ਕੇ ਬਾਣੀ ਨੂੰ ਸੁਣਨ ਲੱਗ ਪਿਆ, ਉਹਦੀ ਕਹਾਣੀ ਪੂਰੀ ਦੀ ਪੂਰੀ ਕਹਿ ਗਿਆ। ਜਨਮ ਮਰਨ ਤਾਕਾ, ਤਾਕਾ ਸ਼ਬਦ ਆਊਗਾ, ਸਾਧ ਨਾਮ ਨਿਰਮਲ ਤਾਕੇ ਕਰਮ, ਤਾਕਾ ਉਹਦਾ
ਉਸ ਬੰਦੇ ਦਾ ਜਿਹਦੇ ਮਨ ਚ ਵਸੀ ਹੈ, ਤੇ ਆਖਿਆ ਜੀ ਇਹਦੇ ਕੋਲ ਕੁਛ ਵੀ ਨਹੀਂ। ਕਹਿੰਦੇ ਨਹੀਂ ਨਹੀਂ, ਇਹਦੇ ਕੋਲ ਉਹ ਚੀਜ਼ ਆ ਗਈ ਆ ਸਭ ਤੇ ਊਚ ਤਾਂ ਕਿ ਸ਼ੋਭਾ ਬਣੀ, ਜਿਹੜੀ ਚੀਜ਼ ਸੁੱਖਾਂ ਦੀ ਮਣੀ ਆ। ਸੱਪ ਕੋਲ ਇੱਕ ਮਣੀ ਹੁੰਦੀ, ਉਹ ਮਣੀ ਪਰਮੇਸ਼ ਸੱਪ ਵਾਲੀ ਨਹੀਂ, ਪਰਮੇਸ਼ਰ ਦੇ ਨਾਮ ਦੀ ਮਣੀ ਜਿਹਦੇ ਹਿਰਦੇ ਚ ਆਣ ਕੇ ਵਸ ਗਈ, ਉਹਦਾ ਇਹ ਮਨੁੱਖਾ ਜਨਮ ਮੁਬਾਰਕ ਹੋ ਗਿਆ। ਸਤਿਗੁਰੂ ਅੱਜ ਦੇ ਵਾਲੇ ਸ਼ਬਦ ਚ ਕਹਿਣਗੇ, ਮੰਮਾ ਅੱਖਰ ਆਇਆ, ਚੇਤਾ ਕਰੋ ਕੱਲ ਕੀ ਸੀ, ਪੱਬਾ, ਅੱਜ ਮੰਮਾ ਆਇਆ। ਕਹਿੰਦੇ ਮੰਮਾ ਹੈ ਮੋਹ, ਮੋਚ ਮਰਨ ਮਨਸੂਦਨ ਮਦਸੂਦਨ, ਮੋਚ ਪਿਆ ਮਰਨਾ, ਜਿਹੜਾ ਆਤਮਕ ਮੌਤ ਆ ਉਸੇ ਹੇਠ ਬੈਠਾ ਹੈ। ਮੰਮਾ ਕਹਿੰਦਾ ਹੈ ਵੀ ਇਹਨੂੰ ਮਰਨ ਪੈ ਗਿਆ, ਆਤਮਕ ਮੌਤੇ ਮਰ ਗਿਆ ਹੈ ਬੰਦਾ, ਪਤਾ ਲੱਗ ਗਿਆ ਸਰੀਰ ਕਰਕੇ ਜਿਉਂਦਾ ਹੈ, ਆਤਮਕ ਕਰਕੇ ਆ ਲਾਛਾਂ ਸ਼ਹਿਰਾਂ ਦੇ ਸ਼ਹਿਰ ਭਰੇ, ਸਟੇਸ਼ਨਾਂ ਦੇ ਏਅਰਪੋਰਟ ਸਭ ਮਰੇ ਪਏ। ਇਹਨੂੰ ਜਗਤ ਨੂੰ ਗੁਰੂ ਸਾਹਿਬ ਨੇ ਮ੍ਰਿਤਕ ਸੰਸਾਰ ਆਖਿਆ, ਇਹ ਸੰਸਾਰ ਨੂੰ ਮ੍ਰਿਤਕ। ਕਿੰਨੇ 550 ਸਾਲ ਪਹਿਲਾਂ ਕਿਹਾ ਮ੍ਰਿਤਕ ਆ, ਆਪਾਂ ਕਹਿੰਦੇ ਉਦੋਂ ਲੋਕ ਜਾਗਦੇ ਹੋਣਗੇ, ਉਦੋਂ ਵੀ ਵੇਖ ਕੇ ਸਤਿਗੁਰੂ ਨੇ ਇਹਨੂੰ ਮ੍ਰਿਤਕ ਸੰਸਾਰ ਆਖਿਆ। ਕਹਿੰਦੇ ਮੰਮੈ ਮੋਹ ਮਰਨ ਮਦਸੂਦਨ, ਮੰਮੇ ਮੋਹ ਚ ਐਸਾ ਮਰ ਗਿਆ ਹੈ ਵੀ ਮਦਸੂਦਨ ਵਾਹਿਗੁਰੂ ਪਰਮੇਸ਼ਰ ਜਿਹੜਾ ਮਧੂਸੂਦਨ ਅਕਾਲ ਪੁਰਖ ਹੈ ਉਹਦਾ ਇਹਨੂੰ ਚੇਤਾ ਭੁੱਲ ਗਿਆ, ਖਾਣਾ ਪੀਣਾ ਹੱਸਣਾ ਤੇ ਵਿਸਰ ਗਿਆ ਹੈ ਮਰਨਾ, ਐਸਾ ਐਸਾ ਮਦਨ ਹੋਇਆ ਮਰਨ ਪਿਆ। ਇਹਦਾ ਥੋੜ੍ਹਾ ਜਿਹਾ ਅਰਥ ਬਰੀਕ ਆ, ਮਰਨ ਪਿਆ ਜਦੋਂ ਮਰਨ ਦੇ ਦਿਨ ਲੱਗ ਗਏ, ਆ ਕੇ ਬੁੱਢਾ ਹੋ ਗਿਆ ਤਬ ਚੇਤਵਿਆ, ਪਤਾ ਲੱਗ ਗਿਆ ਉਦੋਂ ਮਰਨ ਦੀ ਕਹਾਣੀ ਲੱਗ ਗਈ ਆ ਗਈ ਆ, ਖੂੰਡੀ ਨਾਲ ਤੁਰ ਪਿਆ ਹੈ ਤੇ ਹੁਣ ਮੈਂ ਵੇਖਿਆ ਕਈ ਬੁੱਢੇ ਮਾਲਾ ਫੜ ਕੇ ਲੱਗੇ, ਕੁਛ ਨਹੀਂ ਹੋਣਾ ਹੁਣ, ਹਾਂ ਉਹਦੀ ਨਜ਼ਰ ਹੋ ਜਾਏ ਤੇ ਮਰਨ ਲੱਗਿਆ ਵੀ ਆ ਜਾਏ, ਮਗਰ ਮਾਲਾ ਨਹੀਂ, ਮਾਲਾ ਨਹੀਂ। ਉਹਦੇ ਲਈ ਪਤਾ ਨਹੀਂ ਉਹਨੂੰ ਕੀ ਰਜ਼ਾ ਚੰਗੀ ਲੱਗਦੀ ਹੈ, ਆ ਜਾਏ ਤੇ ਅੰਤਲੀ ਘੜੀ ਆ ਜਾਏ ਤੇ ਆਣ ਕੇ ਆਖੇ ਚੱਲ ਆ ਲੈ ਜਾਂਦਾ ਤੈਨੂੰ, ਉਹਨੂੰ ਚੰਗਾ ਲੱਗ ਜਾਏ ਤੇ ਅੰਤਲੀ ਘੜੀ ਲੈ ਜਾਏ। ਮਾਲਾ ਫੇਰਿਆ ਨਹੀਂ, ਤੁਸੀਂ ਜ਼ੋਰ ਲਾ ਰਹੇ ਹੋ ਮਾਲਾ ਫੇਰਿਆ, ਤੇ ਤੁਸੀਂ ਕੀ ਲਾ ਰਹੇ, ਜ਼ੋਰ ਲਾ ਰਹੇ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਦੋਂ ਚੇਤੇ ਆਉਂਦੇ, ਮਰਨ ਲੱਗੇ ਬੁੱਢੇ ਅਕਸਰ ਮਾਲਾ ਫੜ ਲੈਂਦੇ, ਧੰਨ ਨੇ ਫੇਰ ਵੀ ਉਹ ਧੰਨ ਨੇ, ਵੈਸੇ ਮਾਲਾ ਪ੍ਰਵਾਨ ਨਹੀਂ ਗੁਰਮਤ ਦੇ ਵਿੱਚ ਹੈਗੀ, ਸਾਡੇ ਗੱਲ ਚ ਪਾਈ ਗਈ ਹੈ ਕਿ ਹਿੰਦੂ ਦੇਵੀ ਦੇਵਤਿਆਂ ਦਾ ਜੋ ਉਹ ਮਾਲਾ ਦੇ ਬਣ ਕੇ ਫਿਰਦੇ ਸੀ। ਕਹਿੰਦੇ ਤੁਸੀਂ ਕਿਉਂ ਬਾਹਰ ਰਹਿ ਜਾਓ, ਕਬੀਰ ਜਪਨੀ ਕਾਠ ਕੀ, ਜਪਨੀ ਜਪਨੀ ਮੀਨ ਮਾਲਾ, ਕਾਠ ਕੀ ਕਿਆ ਦਿਖਲਾਵੇਂ ਲੋਏ, ਲੋਏ ਮਨੇ ਲੋਕਾਂ ਨੂੰ ਕੀ ਕਰਕੇ ਵਿਖਾਉਂਦਾ ਫਿਰਦਾ ਹੈ। ਹਿਰਦੇ ਰਾਮ ਨਾ ਚੇਤਈ, ਇਹ ਜਪਨੀ ਕਿਆ ਹੋਏ, ਹਿਰਦੇ ਵਿੱਚ ਤਾਂ ਗਿਆ ਨਹੀਂ, ਉੱਤੇ ਉੱਤੇ ਤੁਰਿਆ ਫਿਰਦਾ। ਕਹਿੰਦੇ ਜਦੋਂ ਮਰਨ ਲੱਗਦਾ ਬੁੱਢਾ ਤੇ ਫਿਰ ਇਹ ਮਾਲਾ ਫੜ ਲੈਂਦਾ। ਸਤਿਗੁਰੂ ਅੱਜ ਮੰਮੇ ਤੋਂ ਕਹਿੰਦੇ ਮਰਨ ਪਿਆ, ਮਰਨ ਪਿਆ, ਮਰਨ ਦਾ ਸਮਾਂ ਆ ਗਿਆ, ਤਬ ਚੇਤਵਿਆ, ਤਾਂ ਇਹਨੂੰ ਰੱਬ ਚੇਤੇ ਆ ਗਿਆ। ਕਹਿੰਦੇ ਸਾਰਾ ਜੀਵਨ ਕਾਇਆ ਭੀਤਰ ਅਬਰੋ ਪੜਿਆ, ਸਾਰਾ ਜੀਵਨ ਰੱਬ ਦਾ ਨਾਮ ਨਹੀਂ ਜਪਿਆ, ਆਪਣੇ ਅੰਦਰ ਕੁਛ ਹੋਰ ਹੀ ਬੁਣਤਾ ਬੁਣਦਾ ਰਿਹਾ, ਬੁਣਦਾ ਹੈ ਕਿ ਨਹੀਂ, ਹੋਰ ਹੀ ਕਹਾਣੀਆਂ ਬਣਾਉਂਦਾ ਰਹਿੰਦਾ। ਇਸ ਤਰ੍ਹਾਂ ਕਰ ਲਾਂਗੇ, ਉਹ ਜਿਹੜੀ ਸਵੇਰੇ ਦੱਸੀ ਸੀ ਤੁਹਾਡੇ ਪਿਤਾ ਜੀ ਨੂੰ ਵੀ ਸ਼ੇਖ ਚਿੱਲੀ ਨੇ ਇਸ ਤਰ੍ਹਾਂ ਕੀਤਾ ਵੀ ਉਹਨੇ ਆਹ ਕਿਹਾ ਆਹ ਕਿਹਾ, ਉਹ ਬੁਣਤਾ ਬਣਾਉਂਦਾ ਰਹਿੰਦਾ ਇਸ ਤਰ੍ਹਾਂ, ਜਿਹੜਾ 24 ਘੰਟੇ ਆਹ ਕਰਦਾ ਰਹਿੰਦਾ ਨਾ, ਇਸ ਤਰ੍ਹਾਂ ਕਰ ਲਾਂਗੇ ਇਸ ਤਰ੍ਹਾਂ ਕਰ ਲਾਂਗੇ,
ਸੁਰਤ ਜੀ ਉਹੀ ਸ਼ੇਖ ਚਿੱਲੀ ਮੇਰੇ ਕਿਤੇ ਤੇ ਕੁਛ ਨਹੀਂ ਹੋਣਾ ਕਰਨਾ ਤੁਸ ਵਾਹਿਗੁਰੂ ਨੇ ਸਾਨੂੰ ਉਹਨੂੰ ਯਾਦ ਕਰਨਾ ਚਾਹੀਦਾ ਵਾਹਿਗੁਰੂ ਤਾਂ ਕਿ ਉਹ ਕਰੇ ਸਾਹਿਬ ਜੀ ਕਹਿੰਦੇ ਵੀ ਕਾਇਆ ਪਿੱਤਰ ਅਬਰੋ ਪੜਿਆ ਸਰੀਰ ਦੇ ਅੰਦਰ ਹੋਰ ਹੀ ਕੁਝ ਪੜ੍ਹਾਈ ਕਰਦਾ ਰਹਿੰਦਾ ਮੰਮਾ ਅੱਖਰ ਵਿਸਰਿਆ ਮੰਮਾ ਅੱਖਰ ਮੰਮੇ ਤੋਂ ਬਣਦੀ ਮੌਤ ਮਰਨ ਮੰਮੇ ਤੋਂ ਬਣਦਾ ਉਹ ਇਹਨੂੰ ਸਾਰਾ ਜੀਵਨ ਭੁੱਲ ਗਈ ਅੰਤਲੀ ਘੜੀ ਭੁੱਲ ਗਈ ਤੇ ਜਦੋਂ ਇਹਨੂੰ ਵੇਖੋ ਅੰਦਰ ਕੁਛ ਨਾ ਕੁਛ ਪੜ੍ਹਾਈ ਕਰਦਾ ਹੀ ਰਹਿੰਦਾ ਹੈ ਕਾਇਆ ਪਿੱਤਰ ਅਵਰੋ ਪੜਿਆ ਪਤਾ ਲੱਗ ਗਿਆ ਕਾਇਆ ਦੇ ਪਿੱਤਰ ਹੋਰ ਹੀ ਫੁਰਨੇ ਬਣਾਉਂਦਾ ਰਹਿੰਦਾ ਅੱਗੇ ਜਾ ਕੇ ਸਤਿਗੁਰੂ ਪਾਤਸ਼ਾਹ ਯਈਆ ਅੱਖਰ ਹੈ ਯਈਆ ਮਹਾਰਾਜ ਪਾਤਸ਼ਾਹ ਕਹਿੰਦੇ ਜਨਮ ਨਾ ਹੋਵੀ ਕਦੇ ਦੁਬਾਰਾ ਤੇਰਾ ਕਦੀ ਨਹੀਂ ਹੋਊਗਾ ਜੇਕਰ ਸੱਚ ਪਛਾਣੇ ਜੇ ਕਿਤੇ ਸੱਚ ਦੀ ਪਛਾਣ ਜੀਵਾਤਮਾ ਕਰ ਲੈ ਤੇ ਰੱਬ ਦਾ ਨਾਮ ਜੰਮਣ ਮਰਨ ਤੋਂ ਇਹਨੂੰ ਮੁਕਤ ਕਰ ਸਕਦਾ ਜੇਕਰ ਸੱਚ ਪਛਾਣੇ ਆਖਿਆ ਉਹ ਕਿਤਰਾ ਪਛਾਣਿਆ ਜਾ ਸਕਦਾ ਕਹਿੰਦੇ ਗੁਰਮੁਖ ਅੱਖ ਹੈ ਗੁਰੂ ਦੇ ਰਾਹ ਦੀ ਗੱਲ ਹੀ ਕਰੇ ਗੁਰੂ ਦੇ ਰਾਹ ਤੇ ਚੱਲੇ ਗੁਰੂ ਦੇ ਰਾਹ ਨਾ ਬੋਲੇ ਨਹੀਂ ਪਤਾ ਲੱਗਾ ਜੀ ਬੋਲੇ ਵੀ ਤੇ ਗੁਰੂ ਦੀ ਮੱਤ ਨਾਲ ਗੁਰਮੁਖ ਬੁੱਝੇ ਬੁੱਝੇ ਵੀ ਤੇ ਗੁਰੂ ਦੀ ਮੱਤ ਨਾਲ ਕੋਈ ਗੱਲ ਬੁੱਝਣੀ ਹੋਵੇ ਤੇ ਆਖੇ ਗੁਰੂ ਮੇਰਾ ਕੀ ਕਹਿੰਦਾ ਉਹਦੇ ਕਸਵੱਟੀ ਗੁਰੂ ਦੀ ਮੱਤ ਹੋਵੇ ਗੁਰਮੁਖ ਇੱਕੋ ਜਾਣੇ ਐਵੇਂ ਨਾ ਕਿ ਜਦ ਇੱਕੋ ਆ ਗੁਰੂ ਦੀ ਮੱਤ ਨਾਲ ਵੇਖੇ ਵੀ ਇੱਕ ਹੈ ਕਿਤਨਾ ਕਹਿਣ ਨੂੰ ਤੇ ਬਥੇਰੇ ਨੇ ਜਿਹੜਾ ਕਹਿੰਦੇ ਇੱਕ ਹੀ ਆ ਗਈ ਸਾਰਾ ਉਹ ਨਾਮਦੇਵ ਸੀ ਇਸ ਤਰ੍ਹਾਂ ਦੀ ਕਹਾਣੀ ਸੁਣਾਉਂਦੇ ਵੀ ਕੁੱਤਾ ਵੀ ਆਇਆ ਘਰ ਤੇ ਪ੍ਰਸ਼ਾਦੇ ਚੁੱਕ ਕੇ ਤੁਰ ਪਿਆ ਸੁਣੀਏ ਪ੍ਰਸ਼ਾਦੇ ਚੁੱਕ ਕੇ ਤੁਰ ਪਿਆ ਤੇ ਦਹੀਂ ਵਾਲਾ ਕੌਲਾ ਲੈ ਕੇ ਤੇ ਮੱਖਣ ਵਾਲਾ ਟਕੂਲਾ ਲੈ ਕੇ ਮਗਰ ਭੱਜਿਆ ਤੇ ਕਈ ਲੋਕੀ ਕਹਿੰਦੇ ਵੀ ਉਹ ਗਰੀਬ ਬੜਾ ਸੀ ਉਹਦੇ ਕੋਲ ਦਹੀਂ ਕਿੱਥੋਂ ਆਇਆ ਮੱਖਣ ਕਿੱਥੋਂ ਗਰੀਬ ਨਹੀਂ ਸੀ ਉਹ ਹਾਂ ਜਿੱਦਣ ਉਹਨੇ ਰੱਬ ਨੂੰ ਦੁੱਧ ਪਿਆਇਆ ਪਤਾ ਕੀ ਲਿਖਿਆ ਸੋਇਨ ਕਟੋਰੀ ਅੰਮ੍ਰਿਤ ਭਰੀ ਨਹੀਂ ਪਤਾ ਲੱਗ ਤੇ ਗਰੀਬ ਦੇ ਘਰ ਹੁੰਦੀ ਲੈ ਨਾਮੇ ਹਰ ਆਗੇ ਧਰੀ ਜਿਹੜਾ ਸੋਨੇ ਦੀ ਕਟੋਰੀ ਚ ਆਪਣੇ ਭਗਵਾਨ ਨੂੰ ਦੁੱਧ ਪਿਆ ਸਕਦਾ ਹੈ ਉਹ ਗਰੀਬ ਕਿੱਥੋਂ ਹੋ ਦੋ ਮੱਖਣ ਤੇ ਦਹੀਂ ਭਗਵਾਨ ਜੀ ਕੁੱਤੇ ਨੂੰ ਵੀ ਕਹਿ ਰਹੇ ਪਿੱਛੋਂ ਵਾਜਾ ਮਾਰੇ ਭਗਵਾਨ ਜੀ ਸੁੱਕਾ ਹੀ ਪ੍ਰਸ਼ਾਦ ਛਕ ਲੋਗੇ ਆ ਮੱਖਣ ਵੀ ਲੈ ਜਾਓ ਇਹਨੂੰ ਕਹਿੰਦੇ ਗੁਰੂ ਦੀ ਮੱਤ ਨਾਲ ਜਾਣਿਆ ਭਗਤੀ ਕਰ ਕਰਕੇ ਜਾਣਿਆ ਕਹਿਣ ਨੂੰ ਤਾਂ ਇੱਥੇ ਸਾਰੇ ਕਿਸੇ ਨਾਸਤਕ ਨੂੰ ਪੁੱਛ ਲਓ ਬਸ ਸਾਰਿਆਂ 'ਚ ਇੱਕੋ ਹੀ ਆ ਭਾਜੀ ਧੋਖਾ ਕਾਹਦੇ ਨਾਲ ਫਿਰ ਧੋਖਾ ਕਾਹਦੇ ਨਾਲ ਕਰਦੇ ਹੋ ਚੀਟ ਕਿਹਨੂੰ ਕਰਦੇ ਹੋ ਫਿਰ ਜੇ ਸਾਰਿਆਂ 'ਚ ਇੱਕ ਆ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰਮੁਖ ਆਖੇ ਗੁਰਮੁਖ ਬੂਝੇ ਗੁਰਮੁਖ ਇੱਕੋ ਜਾਣੇ ਅੱਗੇ ਜਾ ਕੇ ਰਾਰਾ ਸ਼ਬਦ ਆਇਆ ਯੇ ਤੋਂ ਅੱਗੇ ਰਾਰਾ ਆਇਆ ਰਾਰਾ ਕੀ ਕਹਿੰਦਾ ਹੈ ਕਹਿੰਦਾ ਰਾਰੇ ਰੱਬ ਰਿਹਾ ਸਭ ਅੰਤਰ ਪਤਾ ਲੱਗ ਗਿਆ ਤੇ ਰਾਰਾ ਕਹਿੰਦੇ ਵੀ ਸਾਰਿਆਂ 'ਚ ਹੀ ਉਹ ਰੱਬ ਰਿਹਾ ਵਾਹਿਗੁਰੂ ਪਰਮੇਸ਼ਰ ਜੇਤੇ ਕੀਤੇ ਜਨਤਾ ਜਿੰਨੇ ਜੀਵ ਜੰਤ ਪੈਦਾ ਕੀਤੇ ਆ ਉਹ ਸਾਰਿਆਂ ਦੇ ਵਿੱਚ ਰੱਬ ਰਿਹਾ ਹੈ ਜੰਤ ਪਾਏ ਧੰਦੇ ਸਭ ਲਾਏ ਸਾਰਿਆਂ ਜੀਆਂ ਨੂੰ ਪੈਦਾ ਕਰਕੇ ਉਹਨਾਂ ਨੂੰ ਧੰਦਿਆਂ 'ਚ ਲਾਇਆ ਤੇ ਧੰਦਾ ਇੱਕ ਸਾਰਿਆਂ ਲਈ ਕਿਹੜਾ ਹੈ ਰਿਜਕ ਦੀ ਭਾਲ ਹੋ ਸਕਦਾ ਹੈ ਕੀੜਾ ਹਾਲਣਾ ਜਾਂਦਾ ਹੋਵੇ ਮੇਰੇ ਕੋਲੋਂ ਧੰਦਾ ਹੈ ਨਹੀਂ ਪਤਾ ਲੱਗਾ ਹੋ ਸਕਦਾ ਵੀ ਕੀੜਾ ਜਿਹੜਾ ਹੈ ਜੇ ਆਪਾਂ ਆਖੀਏ ਵੀ ਹਲ ਜਾਉਣਾ ਹੀ ਧੰਦਾ ਹੈ ਤੇ ਕੀੜਾ ਤੇ ਹਲ ਨਹੀਂ ਜਾਂਦਾ ਵਿਚਾਰਾ ਮਗਰ ਉਹ ਜਦੋਂ ਸਵੇਰੇ ਉੱਠ ਕੇ ਤੁਰਿਆ ਕਾਹਦੀ ਭਾਲ 'ਚ ਗਿਆ ਹੈ ਬੰਦੇ ਤੋਂ ਲੈ ਕੇ ਕੀੜਾ ਕੀੜੇ ਤੱਕ ਹਰ ਬੰਦਾ ਰਿਜਕ ਦੀ ਭਾਲ ਵਿੱਚ ਹੀ ਤੁਰਿਆ ਫਿਰਦਾ
ਤੇ ਧੰਦੇ ਲਾਇਆ, ਇਹ ਧੰਦੇ ਸਿਰੇ ਸਿਰ ਧੰਦੇ ਲਾਇੰਦਾ, ਸਿਰੇ ਹਰ ਬੰਦੇ ਦੇ ਸਿਰ ਤੇ ਧੰਦਾ ਕੋਈ ਨਾ ਕੋਈ ਲਾਇਆ ਹੈ, ਕੋਈ ਕਿਤੇ ਡਿਊਟੀ ਜਾਂਦਾ, ਕੋਈ ਕਿਤੇ ਡਿਊਟੀ ਜਾਂਦਾ, ਮਗਰ ਭਾਲ ਕਾਹਦੀ ਹੈ? ਰਿਜ਼ਕ ਦੀ, ਰਿਜ਼ਕ ਦੀ ਭਾਲ, ਕਿਉਂਕਿ ਰਿਜ਼ਕ ਤੋਂ ਬਿਨਾਂ ਇਹ ਕਹਿੰਦਾ ਮੈਂ ਮਰ ਜਾਊਂਗਾ, ਕੱਪੜੇ ਤੋਂ ਬਿਨਾਂ ਤੇ ਜੀਲੂ, ਪਾਣੀ ਤੋਂ ਬਿਨਾਂ ਵੀ ਨਹੀਂ ਰਹਿ ਸਕਦਾ, ਇਹ ਸਾਰੀ ਚੀਜ਼ ਦੀ ਪ੍ਰਾਪਤੀ ਲਈ ਇਹ ਉੱਠਿਆ ਹੈ, ਸਵੇਰੇ ਤੇ ਗਿਆ ਹੈ। ਜਨ ਤੋਂ ਪਾਏ ਧੰਦੇ ਸਭ ਲਾਏ, ਅੱਗੇ ਜਾ ਕੇ ਕਹਿੰਦੇ ਧੰਦੇ ਕਰਦਿਆਂ 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 ਕਰਮ ਹੋਆ ਜਿਹਦੇ ਤੇ ਬਖਸ਼ਿਸ਼ ਹੋਈ, ਤਿੰਨ ਨਾਮ ਲਿਆ, ਰਿਜ਼ਕ ਲੱਭਦੇ ਲੱਭਦੇ ਲੋਕੀ ਮਰ ਗਏ, ਰਿਜ਼ਕ ਕਮਾਉਂਦੇ ਹੀ ਮਰ ਗਏ, ਮਗਰ ਜਿਹਦੇ ਤੇ ਉਹਦੀ ਉਹਨੂੰ ਫਿਰ ਨਾਮ ਮਿਲ ਗਿਆ, ਕਿਰਤ ਕਰਦੇ ਕਰਦੇ ਨੂੰ ਨਾਮ ਮਿਲ ਗਿਆ। ਇੱਕ ਸ਼ਬਦ ਇੱਕ ਅੱਖਰ ਹੋਰ ਕਰ ਲਈਏ ਕਿਉਂਕਿ ਕੱਲ ਸੰਪੂਰਨ ਹੋ ਜਾਊਗੀ ਬਾਣੀ। ਲੱਲਾ ਆਇਆ, ਲੱਲੇ ਲਾਏ ਧੰਦੇ ਜਿਨ ਛੋਡੀ, ਲੱਲਾ ਕਹਿੰਦਾ ਵੀ ਸਾਰੀ ਕਾਇਨਾਤ ਨੂੰ ਉਹਨੇ ਧੰਦੇ ਲਾ ਕੇ ਤੇ ਛੱਡ ਦਿੱਤਾ ਏ ਵੀ ਚੱਲ ਵੀ ਹੁਣ ਤੂੰ ਤੁਰਿਆ ਰਹੋ, ਤਰਿਆ ਰਹੋ, ਤੁਰਿਆ ਰਹੋ, ਸਵੇਰੇ ਆ ਜਾ ਤੇ ਸ਼ਾਮ ਨੂੰ ਚੱਲ ਜਾ ਕਰ, ਸ਼ਾਮ ਨੂੰ ਆਣ ਕੇ ਫਿਰ ਸਵੇਰੇ ਚੱਲ ਜਾ ਕਰ, ਇਹ ਧੰਦੇ 'ਚ ਲਾਇਆ। ਲੱਲੇ ਲਾਏ ਧੰਦੇ ਜਿਨ ਛੋਡੀ, ਮਿੱਠਾ ਮਾਇਆ ਮੋਹ ਕੀ ਆ, ਧੰਦੇ ਵਿੱਚ ਲਾ ਕੇ ਵੇਖ ਲਓ ਸਾਰਿਆਂ ਨੂੰ ਲਾਇਆ, ਇਹਨਾਂ ਨੂੰ ਮਰਨਾ ਭੁੱਲਿਆ ਲੋਕਾਂ। ਇੰਨੀ ਜਗੋਂ ਆਖ ਨਹੀਂ ਦਿੰਦੇ ਕੋਈ ਬੰਦਾ ਮਿੱਠੀ ਕੁਲਫੀ ਖਾਣ ਲੱਗ ਪਿਆ ਸ਼ੂਗਰ ਵਾਲਾ ਵੀ, ਤੇ ਉਹਨੂੰ ਕਹਿੰਦੇ ਭਾਜੀ ਇੰਨੀ ਕੁ ਖਾ ਕੇ ਬੰਦ ਕਰ ਦੋ, ਉਹ ਕਹਿੰਦਾ ਨਹੀਂ ਹੁਣ ਮਰਨ ਵੱਖਰੀ ਵੇਖਾਂਗੇ ਬਾਅਦ ਚ, ਇਹ ਸਵਾਦ ਬੜੀ ਸਾਰੀ ਅੰਦਰ ਜਾਣ ਦਿਓ, ਬਾਅਦ ਚ ਗੋਲੀ ਖਾ ਲਾਂਗੇ। ਇਤਰਾ ਹੀ ਇਹ ਮਾਇਆ ਦਾ ਮੋਹ, ਰੱਬ ਨੇ ਇੰਨਾ ਮਿੱਠਾ ਲਾਇਆ ਜਿੰਦ ਨੂੰ। ਸਾਹਿਬ ਜੀ ਕਹਿੰਦੇ ਮਿੱਠਾ ਮਾਇਆ ਮੋਹ ਕੀ ਆ, ਐਸਾ ਮੋਹ ਮਾਇਆ ਮਿੱਠਾ ਕੀਤਾ ਹੈ ਵੀ ਉਹਦੇ ਤੋਂ ਜਿੰਦ ਦੀ ਸੁਰਤ ਹਟਦੀ ਨਹੀਂ, ਇੰਨਾ ਮਿੱਠਾ ਸਮਝ ਕੇ ਉਹਨੂੰ ਚੰਬੜੀ ਹੈ। ਖਾਣਾ ਪੀਣਾ ਖਾਂਦਿਆਂ ਪੀਂਦਿਆਂ ਸਮਕਰ ਸਹਿਣਾ, ਸਮਕਰ ਸਹਿਣਾ, ਜੇ ਖਾਂਦਾ ਪੀਂਦਾ ਦੁੱਖ ਤੇ ਸੁੱਖ ਨੂੰ ਬਰਾਬਰ ਕਰਕੇ ਸਵੇ, ਹੁਣ ਇਹ ਸਾਰੀ ਕਿਰਤ ਕਰਦਿਆਂ ਦੁੱਖ ਨੂੰ ਵੱਖਰਾ ਮੰਨਦਾ ਹੈ, ਸੁੱਖ ਨੂੰ ਵੱਖਰਾ ਮੰਨਦਾ ਹੈ। ਸਾਹਿਬ ਜੀ ਕਹਿੰਦੇ ਨਹੀਂ, ਜਿਹੜਾ ਖਾਣਾ ਪੀਣਾ ਸਮਕਰ ਸਹਿਣਾ ਭਾਣੇ ਤਾਂ ਕੇ ਹੁਕਮ ਪਿਆ, ਇਹ ਦੁੱਖ ਤੇ ਸੁੱਖ ਉਹਦੇ ਹੁਕਮ ਵਿੱਚ ਆਏ ਨੇ, ਤੇ ਜੇ ਹੁਕਮ ਵਿੱਚ ਆਏ ਤੇ ਇੱਕ ਚੀਜ਼ ਤੇ ਆਖੇ ਤੇਰੀ ਆ, ਇਹ ਚੰਗੀ ਲੱਗਦੀ ਹੈ, ਇੱਕ ਚੀਜ਼ ਕਵੇ ਬੁਰੀ ਲੱਗਦੀ ਹੈ, ਕਿਤਿਆਂ ਦੁੱਖ ਭੁੱਖ ਸਦਮਾਰ, ਇਹ ਵੀ ਦਾਤ ਤੇਰੀ ਦਿੱਤਾ। ਉਹ ਕਹਾਣੀ ਇੱਕ ਬੜੀ ਸੋਹਣੀ ਸੁਣਾਉਂਦੇ ਆ, ਇੱਕ ਮਿੰਟ ਰਹਿ ਗਿਆ ਆਪਾਂ ਵਿਚਾਰੀਏ। ਕੋਈ ਰਾਜਾ ਆਪਣੇ ਨੌਕਰ ਨੂੰ ਲੈ ਕੇ ਰੋਜ਼ ਜਾਂਦਾ ਸੀ, ਕਿਸੇ ਦੀ ਸਮਝ ਪੈ ਜੇ ਕਹਾਣੀ ਨਾਲ ਸਾਖੀ ਨਾਲ ਬੰਦਾ ਛੇਤੀ ਸਮਝਦਾ, ਸਿੱਧੀ ਬਾਣੀ ਵਿੱਚ ਤੇ ਮਨ ਟਿਕਦਾ ਹੀ ਨਹੀਂ ਕਿਸੇ ਦਾ, ਤਾਂ ਹੀ ਸਾਖੀਆਂ ਕਰਕੇ ਲੋਕਾਂ ਦੇ ਜਿੱਥੇ ਸਾਖੀਆਂ ਸੁਣਾਉਣ ਵਾਲੇ ਹੁੰਦੇ ਬੜੀਆਂ ਭੀੜਾਂ ਲੱਗਦੀਆਂ, ਭਾਜੀ ਬੜੀ ਸੋਹਣੀ ਸਾਖੀ ਵਿੱਚੋਂ ਮਿਲੇ ਨਾ ਮਿਲੇ ਕੁਛ, ਮਗਰ ਸਾਖੀ ਵਿੱਚ ਕੁਛ ਅੰਮ੍ਰਿਤ ਹੁੰਦਾ ਹੈ ਸਮਝਣ ਵਾਲਾ, ਜੇ ਉਹਦੇ ਚੋਂ ਭਾਵ ਸਮਝ ਲਈਏ। ਰਾਜਾ ਆਪਣੇ ਨੌਕਰ ਨੂੰ ਲੈ ਕੇ ਰੋਜ਼ ਸੈਰ ਨੂੰ ਜਾਂਦਾ ਸੀ, ਤੇ ਜੰਗਲ ਵਿੱਚ ਪੱਕੇ ਹੋਏ ਫਲ ਜਦੋਂ ਮਿਲਦੇ ਸੀ ਨਾ, ਸਭ ਤੋਂ ਪਹਿਲਾਂ ਪੀਸ ਕੱਟ ਕੇ ਆਪਣੇ ਨੌਕਰ ਨੂੰ ਕਹਿੰਦਾ ਸੀ ਤੂੰ ਚੱਕ। ਤੇ ਇੱਕ ਦਿਨ ਨੌਕਰ ਕਹਿੰਦਾ ਸੀ ਮਿੱਠੀ ਹੈ ਬੜੀ, ਤੇ ਤੁਸੀਂ ਦੂਸਰਾ ਖਾ ਲਓ, ਮਾਲਕ ਨੂੰ ਕਹਿੰਦਾ ਸੀ। ਇੱਕ ਦਿਨ ਉਹਨਾਂ ਨੇ ਇੱਕ ਫਲ ਤੋੜਿਆ, ਉਹਦੇ ਵਿੱਚੋਂ ਇੱਕ ਪੀਸ ਕੱਟਿਆ, ਤੇ ਉਦਣ ਨੌਕਰ ਨੇ ਨਹੀਂ ਕਿਹਾ ਵੀ ਤੁਸੀਂ ਵੀ ਖਾਓ, ਨੌਕਰ ਕਹਿੰਦਾ ਇੱਕ ਫਲੀ ਹੋਰ ਦਿਓ ਜੀ, ਉਹਨੇ ਆਖਿਆ ਇੱਕ ਹੋਰ ਲੈ ਲਾ ਕੋਈ ਗੱਲ ਨਹੀਂ, ਵੱਡਾ ਫਲ ਸੀ। ਫਿਰ ਉਹਨੇ ਕਿਹਾ ਇੱਕ ਹੋਰ ਦਿਓ ਜੀ, ਇੱਕ ਬਚ ਗਈ, ਤੇ ਰਾਜੇ ਸੋਚਿਆ ਵੀ ਬਹੁਤ ਮਿੱਠੀ ਹੋਣੀ ਆ,
ਪਤਾ ਲੱਗਾ ਜਿਹੜਾ ਅੱਜ ਸਾਰੀ ਖਾਈ ਜਾਂਦਾ ਤੇ ਮੈਨੂੰ ਦਿੰਦਾ ਹੀ ਨਹੀਂ ਦੱਸਦਾ ਹੀ ਨਹੀਂ, ਬਹੁਤ ਮਿੱਠੀ ਹੋਣੀ। ਉਹਨੇ ਕਿਹਾ ਵੀ ਇੱਕ ਤੇ ਮੈਂ ਖਾ ਕੇ ਵੇਖੂੰਗਾ। ਨੌਕਰ ਨੇ ਝਪਟ ਮਾਰ ਕੇ ਉਹਦੇ ਕੋਲੋਂ ਖੋਹ ਲਈ ਤੇ ਰਾਜੇ ਨੇ ਖੋਹ ਕੇ ਉਹਦੇ ਕੋਲੋਂ ਥੋੜ੍ਹਾ ਜਿਹਾ ਪੀਸ ਚੱਕਿਆ। ਉਹਦੇ ਖਾਂਦਿਆਂ ਖਾਂਦਿਆਂ ਥੋੜ੍ਹਾ ਜਿਹਾ ਪੀਸ ਚੱਕ ਕੇ ਵੇਖਿਆ ਤੇ ਉਹ ਕੌੜਾ ਜ਼ਹਿਰ ਸੀ। ਰਾਜੇ ਨੇ ਕਿਹਾ ਜੇ ਇੰਨਾ ਕੌੜਾ ਸੀ ਤਾਂ ਤੂੰ ਮੈਨੂੰ ਦੱਸਿਆ ਨਹੀਂ। ਤੇ ਨੌਕਰ ਨੇ ਅੱਗੋਂ ਹੱਥ ਜੋੜੇ ਜਿਹਦੇ ਕੋਲੋਂ ਇੰਨੇ ਮਿੱਠੇ ਫਲ ਖਾਧੇ ਹੋਣ, ਨਹੀਂ ਪਤਾ ਲੱਗਾ ਸਾਰੀ ਉਮਰ ਮਿੱਠੇ ਖਾਧੇ ਹੋਣ। ਹਾਂ, ਜੇ ਇੱਕ ਦਿਨ ਕੌੜਾ ਵੀ ਆ ਗਿਆ, ਅਸੀਂ ਰੱਬ ਕੋਲੋਂ ਬਹੁਤ ਕੁਝ ਲਿਆ ਹੈ। ਪਹਿਲਾਂ ਤੋਂ ਮਨੁੱਖਾ ਜਨਮ ਲਿਆ ਹੈ, ਫਿਰ ਸੋਹਣਾ ਗੁਰਸਿੱਖਾਂ ਦੇ ਘਰ ਜਨਮ ਲਿਆ ਹੈ, ਫਿਰ ਭੈਣ ਭਰਾ ਸੱਜਣ ਮਿੱਤਰ ਚੰਗੇ ਮਿਲੇ। ਤੇ ਜੇ ਕਿਤੇ ਇੱਕ ਮਿੰਟ ਲਈ ਨੈਗੇਟਿਵਿਟੀ ਵਾਲੀ ਛਾਂ ਆ ਗਈ ਹੈ ਤੇ ਇਹ ਥੋੜ੍ਹਾ ਰੱਬ ਨੂੰ ਕੋਸਣਾ ਸ਼ੁਰੂ ਕਰ ਦੇਣਾ। ਰਾਜੇ ਨੇ ਗੱਲ ਨਾ ਲਾਇਆ, ਉਹਨੇ ਆਖਿਆ ਤੂੰ ਗੱਲ ਸਮਝ ਲਈ ਹੈ ਯਾਰ, ਤੂੰ ਤੇ ਫਲ ਖਾਂਦੇ ਖਾਂਦੇ ਨੇ ਮੈਨੂੰ ਸਮਝਾ ਤਾ ਵੀ ਅਕਸਰ ਸ਼ਿਕਾਇਤ ਕਰਦਾ ਇਨਸਾਨ ਵੀ ਮੈਨੂੰ ਦੁੱਖ ਮਿਲਿਆ। ਉਹਨੇ ਕਿਹਾ ਜੇ ਇੱਕ ਕੌੜਾ ਇੱਕ ਦਿਨ ਕੌੜਾ ਖਾਣਾ ਪੈ ਗਿਆ ਤੇ ਮੈਂ ਨਹੀਂ ਹੈ ਚਾਹੁੰਦਾ ਵੀ ਤੁਸੀਂ ਵੇਖੋ ਵੀ ਇਹ ਕੌੜਾ ਹੈ ਤੇ ਤੁਹਾਨੂੰ ਪਤਾ ਲੱਗੇ ਮੈਂ ਕੌੜਾ ਖਾ ਰਿਹਾ। ਮੇਰੇ ਚਿਹਰੇ ਨੇ ਤੁਹਾਨੂੰ ਕੋਈ ਸਹਿਣ ਦਿੱਤਾ ਮੈਂ ਕੌੜਾ ਖਾਧਾ ਹੈ? ਰਾਜਾ ਕਹਿੰਦਾ ਨਹੀਂ। ਇਸ ਤਰ੍ਹਾਂ ਹੀ ਸਾਹਿਬ ਜੀ ਕਹਿੰਦੇ ਆ ਕਿ ਖਾਣਾ ਪੀਣਾ ਸਮ ਕਰ ਸਹਿਣਾ, ਜੋ ਪਰਮੇਸ਼ੁਰ ਦੇ ਰਿਹਾ ਹੈ ਜੋ ਕਰ ਰਿਹਾ ਹੈ ਉਹਨੂੰ ਬਰਾਬਰ ਕਰਕੇ ਸਹਿਣਾ। ਪਾਣਾ ਤਾਂ ਕੇ ਹੁਕਮ ਪਿਆ, ਸਭ ਕੁਛ ਉਹਦੇ ਹੁਕਮ ਵਿੱਚ ਹੋਇਆ, ਦੁੱਖ ਵੀ ਤੇ ਸੁੱਖ ਵੀ, ਦਿਨ ਵੀ ਤੇ ਰਾਤ ਵੀ। ਜਿਹੜੀ ਰਾਤ ਪੈ ਗਈ ਕਵੇ ਦਿਨ ਨਾ ਚੜ੍ਹੇ, ਕਿਸ ਤਰ੍ਹਾਂ ਹੋ ਸਕਦਾ ਹੈ? ਤੇਰੀ ਅਰਦਾਸ ਨਾ ਹੋ ਜੂ? ਜੋ ਕੁਛ ਕਰਨਾ ਸੋ ਕਰ ਰਿਹਾ ਹੈ, ਕਹੋ ਨਾਨਕ ਕਰਤੇ ਕੀਆਂ ਬਾਤਾਂ ਸੋ ਕਰ ਰਿਹਾ। ਇਸ ਕਰਕੇ ਸਤਿਗੁਰੂ ਕਿਰਪਾ ਕਰੇ ਇਹ ਬਚਨ ਮਨੁੱਖਤਾ ਦੇ ਹਿਰਦੇ 'ਚ ਵਸਣ। ਜਿਹੜੇ ਅਸੀਂ ਬਚਨ ਕੀਤੇ ਨੇ ਰਾਮ ਜੀ ਦੇ ਬਾਰੇ ਜਾਂ ਉਹਨਾਂ ਦੇ ਇਤਿਹਾਸ ਬਾਰੇ, ਸਭ ਬਾਣੀ ਦੇ ਵਿੱਚੋਂ ਕੀਤੇ ਹੈ। ਬਾਣੀ ਦੀ ਕਸਵੱਟੀ, ਸਾਡੀ ਤਕਦੀਰ ਉਦਨ ਜਾਗਣੀ ਹੈ ਜਿੱਦਣ ਸਿੱਖ ਬਾਣੀ ਪੜ੍ਹਨਗੇ, ਬਾਣੀ ਨੂੰ ਵਿਚਾਰਨਗੇ। ਇੱਕ ਪੰਡਿਤ ਕਥਾ ਕਰ ਰਿਹਾ ਸੀ ਮਹਾਰਾਸ਼ਟਰ ਦੇ ਵਿੱਚ ਇੱਕ ਗੁਰਦੁਆਰੇ 'ਚ, ਅਤੇ ਦਾਸ ਵੀ ਉੱਥੇ ਗੁਰਦੁਆਰਾ ਸਾਹਿਬ ਗਿਆ ਅਤੇ ਜਾਂਦਿਆਂ ਨੂੰ ਉਹ ਸੁਣਾਉਣ ਡਿਆ ਸੀ ਵੀ ਨਾਮੇ ਕਾ ਸਵਾਮੀ ਸੀਬ ਹੋਰੀ ਲੰਕ ਭਵੀਖਣ ਆਪਿਓ। ਉਹ ਕਹਿ ਰਿਹਾ ਸੀ ਵੀ ਜਿਹੜਾ ਨਾਮਦੇਵ ਆ ਉਹ ਕਹਿੰਦਾ ਵੀ ਮੇਰਾ ਸਵਾਮੀ ਉਹ ਜਿਹੜਾ ਸੀਤਾ ਦਾ ਪਤੀ ਸੀ। ਅਤੇ ਸਾਰੇ ਸਿੱਖ ਕਹਿੰਦੇ ਅੱਛਾ, ਜੇ ਨਾਮੇ ਦਾ ਸਵਾਮੀ ਤਾਂ ਸਾਡਾ ਵੀ ਸਵਾਮੀ ਸੀ ਫਿਰ। ਅਤੇ ਦਾਸ ਨੇ ਮੈਨੂੰ ਕਿਹਾ, ਉੱਠ ਕੇ ਚੱਲਿਆ ਸੀ, ਟੋਪੀ ਵਾਲਾ ਸੀ, ਮੈਂ ਕਿਹਾ ਵੀ ਜੇ ਤੁਸੀਂ ਦੋ ਮਿੰਟ ਬਹਿ ਜਾਓ। ਉਹਨੂੰ ਪਤਾ ਲੱਗ ਗਿਆ। ਫਿਰ ਦਾਸ ਨੇ ਆਖਿਆ ਜਿੱਥੇ ਇਹ ਸੁਣਾਈ ਉੱਥੇ ਆਹ ਵੀ ਸੁਣਾਓ ਨਾਮਦੇਵ ਦੀ ਗੱਲ, ਵੀ ਅੱਜ ਨਾਮੇ ਬੀਠਲ ਦੇਖਿਆ। ਭਗਤ ਦੀ ਅਵਸਥਾ ਨੂੰ ਜਾਣਨ ਤੋਂ ਪਹਿਲੋਂ ਭਗਤ ਦੇ ਇਸ਼ਾਰਿਆਂ ਨੂੰ ਵੇਖਣਾ ਵੀ ਭਗਤ ਕਿੱਥੇ ਕੀ ਕਹਿ ਰਿਹਾ ਅਤੇ ਕਿੱਥੇ ਕੀ ਰਿਹਾ, ਉਹਦਾ ਮਤਲਬ ਕੀ ਅਤੇ ਉਹਦਾ ਮਤਲਬ ਕੀ ਹੈ। ਉਹ ਤਾਂ ਕਹਿੰਦਾ ਮੈਂ ਤਾਂ ਮੰਨਦਾ ਹੀ ਨਹੀਂ ਅਵਤਾਰਵਾਦ ਨੂੰ, ਨਾਮਦੇਵ ਕਹਿੰਦਾ। ਨਾਮਦੇਵ ਕਹਿੰਦਾ ਮੈਂ ਤਾਂ ਉਹਨੂੰ ਸੇਵਿਆ, ਜੇ ਦੇਵਰਾ ਨਾ ਮਸੀਤ, ਨਾ ਮੰਦਰ ਵਿੱਚ ਹੈ ਨਾ ਮਸਜਿਦ ਵਿੱਚ ਹੈ, ਕਿੱਥੇ ਹੈ ਜੀ? ਹਾਂ, ਦਿਲ ਵਿੱਚ ਜਿਹੜਾ ਵਸਿਆ ਹੈ ਹਰ ਇੱਕ ਦੇ ਵਿੱਚ, ਅਸੀਂ ਉਹਨੂੰ ਮੰਨਣ ਵਾਲੇ ਹਾਂ। ਅਤੇ ਇਸ ਗੱਲ ਦਾ ਬਹੁਤਾ ਸਿੱਖ ਕੌਮ ਮਨ ਦੇ ਵਿੱਚ ਨਾ ਲਿਆਵੇ ਵੀ ਪਤਾ ਨਹੀਂ ਉਹਨੇ ਕਹਿਤਾ ਰਮਾਇਣ ਲਿਖਤੀ ਅਤੇ ਗੁਰੂ ਰਮਾਇਣ ਨਾਲ ਜੁੜ ਗਿਆ ਹੈ, ਗੁਰੂ ਦਾ ਇਤਿਹਾਸ ਸਾਡੇ ਕੋਲ ਸਾਂਭਿਆ ਪਿਆ ਹੈ। ਗੁਰੂ ਕਹਿੰਦਾ ਹੈ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨੇ। ਅੱਗੇ ਪੜ੍ਹੋ ਕੀ ਲਿਖਿਆ, ਰਾਮ ਰਹੀਮ ਪੁਰਾਣ ਪੁਰਾਣ ਅਨੇਕ ਕਹੇ ਮਤ ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭੇਦ ਕਹੇ ਹਮ ਏਕ ਨਾ ਜਾਣੇ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹੋ ਸਭ ਤੋਂ। ਜੇ ਤੇ ਜਾਪ ਸਾਹਿਬ ਦੇ ਵਿੱਚ ਕਿਸੇ ਰਾਮ ਦਾ ਨਾਮ ਆਇਆ ਹੈ
ਸਾਰਾ ਪੜ੍ਹ ਲਓ, ਕਿਸੇ ਕ੍ਰਿਸ਼ਨ ਦਾ ਨਾਂ ਆਇਆ, ਕਿਸੇ ਹਨੂੰਮਾਨ ਦਾ ਨਾਮ ਆਇਆ, ਅਤੇ ਚਲੋ ਅਸੀਂ ਵੀ ਮੰਨਾਂਗੇ ਵੀ ਸਭ ਤੋਂ ਵੱਡਾ ਸ਼ਾਹਕਾਰ ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਲਿਖਿਆ ਹੈ ਉਹਦੇ ਵਿੱਚ ਰਾਮ ਦਾ, ਵਿਸ਼ਨੂੰ ਦਾ, ਬ੍ਰਹਮਾ ਦਾ ਜ਼ਿਕਰ ਕੀਤਾ ਹੈ, ਕਿਤੇ ਕੀਤਾ ਹੈ? ਜੇ ਨਹੀਂ ਕੀਤਾ ਤਾਂ ਸਮਝ ਲਓ ਉਹਨਾਂ ਨੇ ਕਿਤੇ ਉੱਤੇ ਲੈ ਗਏ ਨੇ ਸਿੱਖ ਨੂੰ, ਇਹ ਅਵਤਾਰਵਾਦ ਤੋਂ ਆਉਣ ਜਾਣ ਤੋਂ ਕਿਤੇ ਉੱਤੇ ਲੈ ਗਏ। ਕੋਈ ਦਿਨ ਨਹੀਂ, ਕੋਈ ਰਾਤ ਨਹੀਂ, ਕੋਈ ਜੰਮਣ ਨਹੀਂ, ਕੋਈ ਮਰਨ ਨਹੀਂ, ਸਾਰੇ ਤੋਂ ਉੱਤੇ ਜਾ ਕੇ ਵਹਾ ਦਿੱਤਾ ਹੈ ਇੱਕ ਸਿੱਖ ਦੀ ਸੋਚ ਨੂੰ। ਸਿੱਖ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਫਿਲੋਸਫੀ, ਗੁਰੂ ਨਾਨਕ ਸਾਹਿਬ ਦੀ ਫਿਲੋਸਫੀ ਜਾਣਨੀ ਚਾਹੀਦੀ ਹੈ। ਸਤਿਗੁਰੂ ਸਾਰਿਆਂ ਦਾ ਭਲਾ ਕਰੇ। ਬਾਣੀ ਪੜ੍ਹੋ, ਬਾਣੀ ਨੂੰ ਸਮਝੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।